वाला तोड़िया शहीदा ने संगल गुलामी वाला तोड़िया शहीदा ने रोम रोम नाजक जी रोम रोम नाजक जी देश उत्तों वार दिता हो रोम रोम नाजक जी रोम रोम नाजक जी देश उत्तों वार दिता रोम रोम नाजक जी हा सरबत वाला लोड़िया शहीदा ने भला सरबत वाला लोड़िया शहीदा ने भला सरबत वाला लोड़िया शहीदा ने शहीदा ने वाहिगुरु वाहिगुरु सच्चे पातशाह परम सत्कार योग गुरु प्यारे खालसा जी जितने भी गुरमुख प्यारे माई भाई गुरु साहब जी दे मुबारक चरण कमलों में सज के बैठे हो मैं बेनती करांगा कि गुरु दरबार में सज के बैठिया मेरिया सत्कार योग सारिया वड्डिया ते छोटिया भैणा सारे वीर गुरु का खालसा गुरु सवारी साध संगत जीओ सारे ही गुरमुख प्यारे बड़े अदब सत्कार सहित एक बार कहते अपनी अपनी रसना पवित्र करते हुए गज वज के कहो जी वाहे गुरु जी का खालसा वाहे गुरु जी की फतेह। सतगुरु सच्चे पातशाह जी की बहुत बड़ी कृपा हुई है डिस्ट्रिक्ट गुरदासपुर का बहुत बड़ा प्रसिद्ध इतिहासिक नगर है जिसन खुजाला ਅਤੇ ਮਨੇਸ਼ ਨਗਰ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ। ਇੱਥੇ ਪਾਵਨ ਪਵਿੱਤਰ ਅਸਥਾਨ ਹੈ ਬਾਬਾ ਰਾਮ ਥੰਮਣ ਸਾਹਿਬ ਜੀ ਦਾ। ਮੈਨੂੰ ਯਾਦ ਹੈ ਮੈਂ 1973 ਈਸਵੀ ਵਿੱਚ ਸੰਤ ਬਾਬਾ ਕਰਤਾਰ ਸਿੰਘ ਜੀ ਪਾਸੋਂ ਵਿਦਿਆ ਪੜ੍ਹਦਾ ਸੀ ਅਤੇ ਜਦੋਂ 1973 ਈਸਵੀ ਦੀ ਵਿਸਾਖੀ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਿੰਡਰਾਂ ਵਾਲੀ ਟਕਸਾਲ ਦਾ ਸਾਰਾ ਜਥਾ ਅੰਮ੍ਰਿਤਸਰ ਬੁਲਾਇਆ ਅਤੇ ਖਜਾਲੇ ਤੋਂ ਉੱਠ ਕੇ ਇੱਕ ਸਾਧੂ ਉਹਦਾ ਨਾਂ ਸੀ ਮਹੰਤ ਭਜਨ ਦਾਸ ਉੱਥੇ ਗਏ। ਮੈਂ ਉਹਨਾਂ ਨੂੰ ਦੇਖਿਆ ਉੱਥੇ ਗਿਆ ਨੂੰ ਅਤੇ ਜਾ ਕੇ ਕਹਿਣ ਲੱਗੇ ਬਾਬਾ ਜੀ ਸਾਡਾ ਇੱਕ ਡੇਰਾ ਹੈ ਮਨੇਸ਼ ਖੁਜਾਲੇ ਨਗਰ ਵਿਖੇ
ਤੇ ਮੈਂ ਚਾਹੁੰਦਾ ਹੈ ਕਿ ਉੱਥੋਂ ਦੀ ਸੇਵਾ ਜਿਹੜੀ ਹੈ ਨਾ ਸਾਰੀ ਉਹ ਦਮਦਮੀ ਟਕਸਾਲ ਨੂੰ ਸੌਂਪ ਦਿੱਤੀ ਜਾਏ। ਅਤੇ ਬਾਬਾ ਜੀ ਕਹਿੰਦੇ ਅਸੀਂ ਤਾਂ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਹਾਂ ਅਤੇ ਅਸੀਂ ਡੇਰਿਆਂ ਵਿੱਚੋਂ ਕੀ ਲੈਣਾ ਹੈ। ਉਹ ਕਹਿੰਦੇ ਨਹੀਂ ਬਾਬਾ ਜੀ, ਤੁਹਾਡੀ ਮਾਨ ਮਰਿਆਦਾ, ਤੁਹਾਡਾ ਇੱਜ਼ਤ ਮਾਨ, ਤੁਹਾਡੀ ਕਥਾ ਦਾ ਪ੍ਰਭਾਵ ਮੈਂ ਦੇਖਿਆ ਹੈ ਅਤੇ ਮੈਂ ਚਾਹੁੰਦਾ ਹੈ ਵੀ ਜਿਹੜਾ ਇੱਥੇ ਉਦਾਸੀਆਂ ਦਾ ਡੇਰਾ ਹੈ ਨਾ ਇਹ ਬਦਲ ਕੇ ਗੁਰੂ ਦਾ ਸਥਾਨ ਬਣ ਜਾਏ। ਬਾਬਾ ਜੀ ਨੇ ਸੰਤ ਬਾਬਾ ਕਰਤਾਰ ਸਿੰਘ ਜੀ ਉਹਨਾਂ ਨੇ ਬੇਨਤੀ ਪ੍ਰਵਾਨ ਕਰ ਲਈ। ਉਸ ਤੋਂ ਬਾਅਦ ਫਿਰ ਇੱਥੇ 10 ਸਿੰਘ ਭੇਜੇ ਅਖੰਡ ਪਾਠ ਕਰਨ ਵਾਸਤੇ, 5 ਜਪਜੀ ਸਾਹਿਬ, 5 ਅਖੰਡ ਪਾਠੀ। ਮੈਂ ਵੀ ਉਹਦਾ ਅਖੰਡ ਪਾਠੀਆਂ ਵਿੱਚ ਇੱਥੇ ਆਇਆ ਉਦੋਂ 1973 ਈਸਵੀ ਵਿੱਚ ਅਤੇ ਅੱਜ ਦੇਖੋ ਵਾਹਿਗੁਰੂ ਦੀ ਕਿਰਪਾ ਦੁਆਰਾ ਕਿੰਨੀਆਂ ਇਹ ਉਦਾਸੀਆਂ ਦਾ ਡੇਰਾ ਸੀ ਅਤੇ ਅੱਜ ਗੁਰੂ ਦਾ ਸਥਾਨ ਬਣ ਗਿਆ। ਪੰਥਕ ਰੂਹਾਂ ਪਹੁੰਚਦੀਆਂ ਨੇ, ਜਥੇਬੰਦੀਆਂ ਆਈਆਂ ਨੇ, ਗੁਰੂ ਮਹਾਰਾਜ ਦੀ ਕਿਰਪਾ ਹੈ। ਇਹ ਦਮਦਮੀ ਟਕਸਾਲ ਦੀ ਇੱਕ ਬ੍ਰਾਂਚ ਬਣ ਗਿਆ ਹੈ ਗੁਰਦੁਆਰਾ ਸਾਹਿਬ। ਜਿਹੜਾ ਵੀ ਸ਼ਰਧਾਲੂ ਇੱਥੇ ਆਉਂਦਾ ਹੈ ਉਹਨੂੰ ਇੱਥੇ ਆਏ ਨੂੰ ਆਤਮਿਕ ਸ਼ਾਂਤੀ ਮਿਲਦੀ ਹੈ। ਹੋਰਨਾਂ ਦੀ ਆਵਾਜ਼ ਥੋੜ੍ਹੀ ਘੱਟ ਕੇ ਬਖਸ਼ੇ ਦੀ ਜ਼ਿਆਦਾ। ਹਾਂਜੀ, ਮੈਂ ਬੇਨਤੀ ਕਰ ਰਿਹਾ ਸੀ ਕਿ ਗੁਰੂ ਮਹਾਰਾਜ ਜੀ ਦੀ ਅਪਰ ਪਾਰ ਕਿਰਪਾ ਦੁਆਰਾ ਤਮਾਮ ਸੰਗਤ ਆਈ ਹੈ। ਨਿਹੰਗ ਸਿੰਘ ਜਥੇਬੰਦੀਆਂ ਸਟੇਜ 'ਤੇ ਬੈਠੇ ਨੇ, ਪੰਥ ਦੀਆਂ ਮਹਾਨ ਸ਼ਖਸੀਅਤਾਂ ਆਈਆਂ ਨੇ। ਮਨੇਸ਼ ਨਗਰ ਦੇ ਨੌਜਵਾਨਾਂ ਵੱਲੋਂ ਚਾਹ ਪਕੌੜਿਆਂ ਦਾ ਭੰਡਾਰਾ ਸਵੇਰ ਤੋਂ ਹੀ ਲੱਗਾ, ਜਿਹੜਾ ਕੱਲ੍ਹ ਦਿਨ ਲੰਘਿਆ ਹੈ। ਸਾਰੇ ਇਲਾਕੇ ਵਿੱਚ ਨਗਰ ਕੀਰਤਨ ਹੋਇਆ। ਨਗਰ ਕੀਰਤਨ ਦਾ ਅਰਥ ਪਤਾ ਕੀ ਹੁੰਦਾ ਹੈ? ਭਿੰਡਰਾਂ ਵਾਲੇ ਮਹਾਂਪੁਰਸ਼ ਬਾਬਾ ਕਰਤਾਰ ਸਿੰਘ ਜੀ ਕਹਿੰਦੇ ਸੀ, ਜਿਨ੍ਹਾਂ ਜਿਨ੍ਹਾਂ ਪਿੰਡਾਂ ਦੇ ਚਾਰ ਚੁਫੇਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪੰਜ ਪਿਆਰੇ ਅਤੇ ਗੁਰੂ ਕੀ ਸੰਗਤ ਦੇ ਚਰਨ ਪੈ ਜਾਂਦੇ ਹੈ ਨਾ, ਉਹਨਾਂ ਪਿੰਡਾਂ ਅਤੇ ਉਹਨਾਂ ਇਲਾਕਿਆਂ ਨੂੰ ਤਾਤੀ ਵਾਓ ਨਾ ਲੱਗਈ। ਪਾਰ ਬ੍ਰਹਮ ਸਰਨਾਈ ਚੌ ਗਿਰਦ ਹਮਾਰੇ ਰਾਮਕਾਰ। ਉਸ ਇਲਾਕੇ ਅਤੇ ਉਹਨਾਂ ਪਿੰਡਾਂ ਦੇ ਚਾਰ ਚੁਫੇਰੇ ਵਾਹਿਗੁਰੂ ਦੀ ਰਹਿਮਤ ਦੀ ਕਾਰ, ਕਹਿੰਦੇ ਲਕੀਰ ਨੂੰ ਲਕੀਰ ਖਿੱਚੀ ਜਾਂਦੀ ਹੈ। ਗੁਰੂ ਮਹਾਰਾਜ ਦੀ ਕਿਰਪਾ ਦੁਆਰਾ ਦਮਦਮੀ ਟਕਸਾਲ ਤੋਂ ਵਰੋਸ ਆਏ ਹੋਏ ਬਾਬਾ ਜੀ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹ ਦਮਦਮੀ ਟਕਸਾਲ ਦੇ 12ਵੇਂ ਜਥੇਦਾਰ ਹੋਏ। ਉਹਨਾਂ ਕੋਲੋਂ ਵਿਦਿਆ ਪੜ੍ਹੀ ਹੈ ਸੰਤ ਬਾਬਾ ਲੱਖਾ ਸਿੰਘ ਜੀ ਹੋਣਾ ਨੇ ਅਤੇ ਵਾਹਿਗੁਰੂ ਦੀ ਕਿਰਪਾ ਦੁਆਰਾ ਇਹ ਜਨਮ ਤੋਂ ਲੈ ਕੇ ਪਹਿਲੋਂ ਦਮਦਮੀ ਟਕਸਾਲ ਨਾਲ ਜੁੜੇ ਰਹੇ, ਸਾਰਾ ਜੀਵਨ ਗੁਰੂ ਨੂੰ ਲੇਖੇ ਲਾ ਦਿੱਤਾ। ਅਤੇ ਬਾਬਾ ਠਾਕਰ ਸਿੰਘ ਜੀ ਇਹਨਾਂ ਨੂੰ ਜ਼ਿੰਮੇਵਾਰੀ ਸੌਂਪ ਕੇ, ਬਾਬਾ ਲੱਖਾ ਸਿੰਘ ਜੀ ਤੁਸੀਂ ਵੱਡੇ ਮਹਾਂਪੁਰਸ਼ਾਂ ਕੋਲੋਂ ਗੁਰਮਤਿ ਦੀ ਵਿਦਿਆ ਪੜ੍ਹੀ ਹੈ, ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਜਿਹੜੀ ਇਹ ਬ੍ਰਾਂਚ ਹੈ ਦਮਦਮੀ ਟਕਸਾਲ ਦੀ ਖੁਜਾਲੇ ਨਗਰ ਬਾਬਾ ਰਾਮ ਥੰਮਨ ਜੀ ਦਾ ਸਥਾਨ, ਇੱਥੇ ਸੇਵਾ ਤੁਸੀਂ ਕਰਨੀ ਹੈ। ਸਾਰੇ ਨਗਰ ਅਤੇ ਇਲਾਕੇ ਦੀ ਸੰਗਤ ਨੂੰ ਨਾਲ ਲੈ ਕੇ ਦਮਦਮੀ ਟਕਸਾਲ ਦੀ ਆਗਿਆਕਾਰੀ ਵਿੱਚ ਰਹਿ ਕੇ ਬਾਬਾ ਜੀ ਨੇ ਲੰਬਾ ਸਮਾਂ ਇੱਥੇ ਸੇਵਾ ਕਮਾਈ ਹੈ, ਹੁਣ ਕਰ ਰਹੇ ਨੇ। ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਭਾਵੇਂ ਇਹਨਾਂ ਦਾ ਸਰੀਰ ਆਗਿਆ ਨਹੀਂ ਦਿੰਦਾ, ਲੇਕਿਨ ਸਰੀਰ ਇਜਾਜ਼ਤ ਨਹੀਂ ਦੇ ਰਿਹਾ, ਫਿਰ ਵੀ ਗੁਰੂ ਦੇ ਚਰਨਾਂ ਵਿੱਚ ਬੈਠੇ ਨੇ। ਇਹਦੇ ਵਿੱਚ ਮੈਂ ਇਹੀ ਕਹਾਂਗਾ ਕਿ ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਂ ਨਾ ਜਾਣੇ ਮੇਰਾ। ਸਾਡੇ ਵਰਗੇ ਪਾਪੀਆਂ ਨੂੰ ਕੌਣ ਜਾਣਦਾ ਹੈ? ਵਡਿਆਈ ਤਾਂ ਮੇਰੇ ਸਾਹਿਬ ਦੇ ਹੱਥ ਵਿੱਚ, ਪਤਾ ਨਹੀਂ ਉਹਨਾਂ ਨੇ ਕਿਹਦੀ ਝੋਲੀ ਵਿੱਚ ਪਾ ਦੇਣੀ ਹੈ। ਵਾਹਿਗੁਰੂ ਕਿਰਪਾ ਕਰੇ, ਮੈਂ ਬਾਬਾ ਲੱਖਾ ਸਿੰਘ ਜੀ ਵੱਲੋਂ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ 16ਵੇਂ ਜਥੇਦਾਰ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਸਮੁੱਚੇ ਟਕਸਾਲੀ ਜਥੇ ਵੱਲੋਂ, ਬਾਬਾ ਜੀ ਵੱਲੋਂ ਅਤੇ ਬਾਬਾ ਲੱਖਾ ਸਿੰਘ ਜੀ, ਬਾਬਾ ਤਰਸੇਮ ਸਿੰਘ ਜੀ, ਸਾਰੇ ਗੁਰਮੁਖਾਂ ਵੱਲੋਂ, ਪਿੰਡ ਦੀ ਪੰਚਾਇਤ ਅਤੇ ਨਗਰ ਦੇ ਪਤਵੰਤੇ ਭਰਾਵਾਂ ਵੱਲੋਂ ਮੈਂ ਸਾਰੀ ਸੰਗਤ ਨੂੰ ਹਾਰਦਿਕ ਤੌਰ 'ਤੇ ਜੀਓ ਆਇਆਂ ਆਖਦਾ ਹਾਂ। ਭਾਗਾਂ ਵਾਲਿਓ, ਬਾਬਾ ਰਾਮ ਥੰਮਨ ਜੀ ਦੇ ਚਰਨਾਂ ਵਿੱਚ, ਗੁਰੂ ਗ੍ਰੰਥ ਸਾਹਿਬ ਦੀ ਚਰਨਾਂ ਵਿੱਚ ਹਾਜ਼ਰੀ ਭਰ ਰਹੇ ਹੋ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਦਾ ਬਲ ਬਖਸ਼ੇ, ਸਭ ਨੂੰ ਨਾਮਦਾਨ ਮਿਲੇ। ਮੈਂ ਦੇਖਿਆ ਜਿਹੜੇ ਨੌਜਵਾਨ ਗੱਭਰੂ ਜੋੜਿਆਂ ਦੀ ਸੇਵਾ ਕਰਦੇ ਹੈ ਨਾ, ਇੰਨੀ ਸ਼ਰਧਾ, ਇੰਨੀ ਭਾਵਨਾ, ਇਹ ਗੁਰੂ ਦੀ ਕਿਰਪਾ ਹੈ। ਸ਼ਰਧਾ ਤੋਂ ਬਗੈਰ ਬੰਦਾ ਕਦੋਂ ਸੇਵਾ ਕਰਦਾ ਹੈ? ਜਿਹੜੇ ਸ਼ਰਧਾਲੂ ਹੁੰਦੇ ਨੇ ਨਾ, ਗੁਰੂ ਨੂੰ ਨਤਮਸਤਕ ਹੋ ਕੇ ਮੱਥਾ ਟੇਕ ਕੇ ਗੁਰੂ ਦੇ ਚਰਨਾਂ ਵਿੱਚ ਬੈਠਦੇ ਹੈ ਅਤੇ ਬਾਕੀ ਲੰਗਰ ਦੀ ਸੇਵਾ ਕਰਦੇ ਹੈ। ਅਤੇ ਜਿਹੜੇ ਬੰਦੇ ਕਹੀ ਜਾਂਦੇ ਮੇਲਾ ਗੇਲਾ ਵੇਖਣ ਵਾਲੇ, ਉੱਧਰ ਝਾਗ ਲਿਆ, ਇੱਧਰ ਦੇਖ ਲਿਆ, ਨਾ ਕੋਈ ਸੇਵਾ ਕੀਤੀ, ਨਾ ਕੋਈ ਗੁਰੂ ਦਾ ਬਚਨ ਸੁਣਿਆ, ਉਹ ਤਾਂ ਬੰਦਾ ਜਿੱਦਾਂ ਦਾ ਆਇਆ ਤਿੱਦਾਂ ਦਾ ਨਾ ਆਇਆ। ਵਾਹਿਗੁਰੂ ਕਿਰਪਾ ਕਰੇ, ਜੇ ਆਇਓ ਤਾਂ ਕੋਈ ਝੋਲੀਆਂ ਭਰ ਕੇ ਜਾਇਓ। ਮੈਨੂੰ ਬੜੀ ਖੁਸ਼ੀ ਹੋ ਰਹੀ ਹੈ, ਦਮਦਮੀ ਟਕਸਾਲ ਦੇ ਪ੍ਰਮੁੱਖ ਬੁਲਾਰੇ ਮੇਰੇ ਵੱਡੇ ਵੀਰ ਗੁਰਮੁਖ ਪਿਆਰੇ ਭਾਈ ਚਰਨਜੀਤ ਸਿੰਘ ਜੀ ਖਾਲਸਾ, ਉਹ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ ਨੇ। ਬਾਬਾ ਸਰਜੀਤ ਸਿੰਘ ਜੀ, ਮੈਂ ਦੇਖਿਆ ਬਾਬਾ ਸਰਜੀਤ ਸਿੰਘ ਜੀ ਸੋਧੀ, ਇਹ ਤਾਂ ਐਵੇਂ ਜਿਵੇਂ ਦਮਦਮੀ ਟਕਸਾਲ ਦੇ ਵਿਦਿਆਰਥੀਆਂ ਦੀ ਮਾਂ ਕਹਿ ਲਓ ਨਾ ਬਾਬੇ ਸੋਧੀ ਜੀ ਨੂੰ, ਅਤੇ ਇਹਦੇ ਵਿੱਚ ਕੋਈ ਅੱਤ ਕਸਰੀ ਨਹੀਂ ਹੋਵੇਗੀ। ਕਿਹੜਾ ਦਮਦਮੀ ਟਕਸਾਲ ਦਾ ਵਿਦਿਆਰਥੀ ਹੈ ਜਿਸ ਨੂੰ ਬਾਬਾ ਸਰਜੀਤ ਸਿੰਘ ਸੋਧੀ ਜੀ ਨੇ ਸੰਥਿਆ ਨਾ ਕਰਾਈ ਹੋਵੇ, ਗੁਰਮਤ ਦੀ ਰਸਤੇ ਉੱਤੇ ਪ੍ਰੇਰਨਾ ਦੇ ਕੇ ਨਾ ਤੋਰਿਆ ਹੋਵੇ। ਹੁਣੇ ਹੁਣੇ ਉਹ ਗੁਰਮਤ ਦੇ ਪ੍ਰਵਚਨ ਸੁਣਾ ਕੇ ਗਏ ਨੇ, ਮੈਂ ਧੰਨਵਾਦ ਕਰਦਾ ਹਾਂ। ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਬਾਬਾ ਲੱਖਾ ਸਿੰਘ ਜੀ ਦੇ ਭਰਾਤਾ ਭਾਈ ਭੁਪਿੰਦਰ ਸਿੰਘ ਜੀ ਕਾਹਲਵਾਂ ਵਾਲੇ, ਇਹਨਾਂ ਦੇ ਵੱਡੇ ਸਪੁੱਤਰ ਭਾਈ ਅਮਰੀਕ ਸਿੰਘ ਜੀ ਦਮਦਮੀ ਟਕਸਾਲ ਤੋਂ ਵਰੋਸ ਆਏ ਹੋਏ, ਅਮੈਰੀਕਾ ਵਿੱਚ ਰਹਿੰਦੇ ਨੇ, ਨੌਜਵਾਨ ਬੱਚਿਆਂ ਨੂੰ ਗੁਰਬਾਣੀ ਦੀ ਸੰਥਿਆ ਕਰਾਉਂਦੇ ਹੈ, ਬਾਬਾ ਰਾਮ ਥੰਮਨ ਜੀ ਦੇ ਸਲਾਨਾ ਸਮਾਗਮ 'ਤੇ ਇੱਥੇ ਹਾਜ਼ਰੀ ਭਰਨ ਵਾਸਤੇ ਆਏ ਨੇ। ਮੇਰੇ ਵੀਰ ਭਾਈ ਰਣਜੀਤ ਸਿੰਘ ਜੀ, ਉਹ ਪੰਥ ਦੇ ਮਹਾਨ ਵਿਆਖਿਆਕਾਰ ਅਤੇ ਗੁਰੂ ਦੀ ਕਿਰਪਾ ਦੇ ਪਾਤਰ ਨੇ, ਉਹ ਵੀ ਵਿਸ਼ੇਸ਼ ਤੌਰ 'ਤੇ
कनेडा तो वैनकूवर तो आए ने जिन्हें भी भैन भरा विदेशों तो NRI भरा अमेरिका कनेडा इंग्लैंड जर्मन जापान हालैंड पोलैंड न्यूजीलैंड आस्ट्रेलिया इटली फिलिपाइन वर्गिया कंट्रिया तो तुसी आयो मैं गुरु की स्टेज वालों तुहानू सारिआं नू हार्दिक तौर पर जीओ आया आखदा हाँ बीबिया की सेवा में बेनती है भैनों जे बैठे हो ना एक गल चेते रखियो गुरु घर में आके कालापन ना दिखायो छेतियां ना करियो कोई धीरज तहम्मल लैके बैठे हो कई भैन का सुभा हों जो बाबा करतार सिंह जी कथा करते ना तो कहते कई भैन का सुभा हों आए मगरों से पहले कपड़े झाड़ के उठ के तुर गए उन्होंने की लैना है गुरु को गुरु कोई इयाना नहीं भी फटाफट साड़ी झोली भर देगा जे जिमीदार ने कणक बीजी है तो 4-5 महीने उड़ीक करनी पैंदी है फिर जाके बोल लगते है तो जे बंदा आया मगरों से पहलों ही उठ के तुर गया वो आने को की थोड़े है बेनती है जे आए हो तो अपने बच्चों का भला सोचियो मैं अरदास करता हाँ जिन्या भैन गुरु के चरणों बैठिया ने भैनों वाहगुरु तुहाडे भरावां नूं चढ़दी कला का बल बख्शियो जुग जुग जवानियां मानन तुहाडे छोटे छोटे बच्चे बच्चियां नूं रब लंबी आरजू दवे ते जिन्हां मापिआं दे नौजवान बच्चे ने उन्हां गभरुआं नूं वाहगुरु नशियां दी अलामत तों बचा के रखे ये अरदास करन वास्ते आपां आए कोई आपां इत्थे चाह पकौड़े नहीं खाण वास्ते आए वो तो असीं घरे भी खा सकते हैं इत्थे आए हाँ अरदास करन वास्ते एक गल होर ਪਿੰਡਰਾ ਵਾਲੇ ਬਾਬਾ ਜੀ ਕਹਿੰਦੇ ਸੀ ਕਿ ਜਿਹੜੀ ਭੈਣ ਜੋੜ ਮੇਲੇ ਜਾਂ ਦੀਵਾਨ ਵਿੱਚ ਆਉਣ ਤੋਂ ਪਹਿਲਾਂ ਹੀ ਆਪਣੇ ਬੱਚੇ ਨੂੰ ਗੁਬਾਰਾ ਪਕਾਨਾ ਲੈ ਦੇਵੇ ਨਾ ਉਸ ਮਾਂ ਨੂੰ ਕਦੇ ਸਿਆਣੀ ਨਾ ਸਮਝੋ ਸਿਆਣੀਆਂ ਮਾਵਾਂ ਹੁੰਦੀਆਂ ਨੇ ਜਿਹੜੇ ਆ ਖਡੌਣੇ ਤੇ ਬਾਜ਼ੀਆਂ ਜਾਣ ਲੱਗਿਆਂ ਆਪਣੇ ਬੱਚਿਆਂ ਨੂੰ ਲੈ ਕੇ ਦਿੰਦੀਆਂ ਨੇ ਉਹ ਜਿਹੜੀ ਮਾਂ ਨੇ ਪਹਿਲਾਂ ਹੀ ਗੁਬਾਰਾ ਆਪਣੇ ਬੱਚੇ ਨੂੰ ਲੈ ਦਿੱਤਾ ਸੰਗਤ 'ਚ ਆਉਣ ਤੋਂ ਪਹਿਲਾਂ ਉਹ ਬੱਚਾ ਸੰਗਤ 'ਤੇ ਸ਼ੋਰ ਮਚਾਏਗਾ ਨਾ ਕੋਈ ਜਾਪ ਸੁਣੇਗਾ ਨਾ ਕਿਸੇ ਨੂੰ ਸੁਣ ਦੇਵੇਗਾ ਇਸ ਵਾਸਤੇ ਉਹ ਕਹਿੰਦੇ ਸੀ ਜਦੋਂ ਆਉਣਾ ਹੈ ਨਾ ਗੁਰੂ ਦੇ ਚਰਨਾਂ ਵਿੱਚ ਬੱਚਿਆਂ ਨੂੰ ਬਾਜ਼ੀਆਂ ਖਡੌਣੇ ਲੈ ਕੇ ਨਹੀਂ ਦੇਣੇ ਇਹਨਾਂ ਨੂੰ ਹੱਥ ਜੋੜ ਕੇ ਗੁਰੂ ਦੇ ਚਰਨਾਂ 'ਚ ਬਿਠਾਉਣਾ ਹੈ ਫਿਰ ਤੁਹਾਡੇ ਬੱਚਿਆਂ ਨੂੰ ਗੁਰਮਤਿ ਦੀ ਦਾਤ ਮਿਲੇਗੀ ਅੱਜ ਲੋਕ ਕਹਿੰਦੇ ਨੇ ਕਲਯੁਗ ਆ ਗਿਆ ਬੱਚੇ ਤਾਂ ਮਾਂ ਬਾਪ ਦਾ ਕਹਿਣਾ ਨਹੀਂ ਮੰਨਦੇ ਅਤੇ ਮਾਂ ਬਾਪ ਨੇ ਕਿਹੜੀ ਸੁਰਤੀ ਜੋੜ ਕੇ ਅਰਦਾਸ ਕੀਤੀ ਹੈ ਜੇ ਮਾਂ ਬਾਪ ਨੇ ਆਪਣੇ ਫਰਜ਼ ਨਿਭਾਏ ਗੁਰਮਤਿ ਅਨੁਸਾਰ ਅਤੇ ਬੱਚਿਆਂ ਨੂੰ ਰੱਬ ਆਪੇ ਅਕਲ ਦੇਵੇਗਾ ਅਤੇ ਜੇ ਮਾਂ ਬਾਪ ਨੇ ਹੀ ਅਣਗਹਿਲੀ ਕੀਤੀ ਹੈ ਤਾਂ ਉਹ 'ਚ ਬੱਚਿਆਂ ਦਾ ਕੀ ਕਸੂਰ ਹੈ ਤੋ ਬੇਨਤੀ ਹੈ ਭੈਣੋ ਜੇ ਆਇਓ ਅਤੇ ਧੀਰਜ ਰੱਖਿਓ ਤਹੰਮਰ ਰੱਖਿਓ ਛੇਤੀਆਂ ਨਾ ਕਰਿਓ ਕਾਲਾਪਨ ਨਾ ਦਿਖਾਇਓ ਆਪਣੀ ਮਰਜ਼ੀ ਨਾ ਉੱਠ ਕੇ ਤੁਰ ਜਾਇਓ ਕੋਈ ਥੋੜ੍ਹਾ ਬਹੁਤਾ ਧੀਰਜ ਰੱਖਿਓ ਗੁਰੂ ਦੀ ਰਹਿਮਤ ਨਾਲ ਝੋਲੀ ਭਰਿਓ ਅਸੀਂ ਗੁਰਮਤਿ ਦੇ ਪ੍ਰਵਚਨ ਤੁਹਾਡੀ ਝੋਲੀ ਵਿੱਚ ਪਾਉਣ ਲੱਗੇ ਹਾਂ ਜਿਹੜੇ ਵੀਰ ਸੇਵਾ ਕਰਦੇ ਨੇ ਕਰੀ ਜਾਓ ਜਿਹੜੀਆਂ ਭੈਣਾਂ ਲੰਗਰ ਵਰਤਾਉਂਦੀਆਂ ਨੇ ਦਾਲ ਸਬਜ਼ੀ ਵਰਤਾਇਆ ਜਾ ਰਿਹਾ ਜੂਠੇ ਬਰਤਨਾਂ ਦੀ ਸੇਵਾ ਹੋ ਰਹੀ ਹੈ ਮੈਂ ਸਭ ਦਾ ਧੰਨਵਾਦ ਕਰਕੇ ਵੇਖੋ ਅੱਜ ਦਾ ਸਾਰਾ ਪ੍ਰੋਗਰਾਮ ਜਿਹੜਾ ਨਾ ਦੁਨੀਆ ਭਰ ਦੇ ਸਿੱਖਾਂ ਨੂੰ ਦਿਖਾਇਆ ਜਾ ਰਿਹਾ ਹੈ ਲਾਈਵ ਚੈਨਲ ਵੱਲੋਂ ਇਹ ਦਿਖਾਇਆ ਜਾ ਰਿਹਾ ਮੈਂ ਧੰਨਵਾਦ ਕਰਦਾ ਹਾਂ ਚੈਨਲ ਵਾਲੇ ਵੀਰਾਂ ਦਾ ਜਿਹੜੇ ਬੜੀ ਦਿਆਨਤਦਾਰੀ ਨਾਲ ਇਹ ਗੁਰਮਤਿ ਵਿਚਾਰਾਂ ਨੂੰ ਅਤੇ ਬਾਬਾ ਜੀ ਦੇ ਸਲਾਨਾ ਜੋੜ ਮੇਲੇ ਨੂੰ ਗੁਰਦਾਸਪੁਰ ਡਿਸਟ੍ਰਿਕਟ ਦਾ ਇਹ ਜੋੜ ਮੇਲਾ ਇਹ ਦਮਦਮੀ ਟਕਸਾਲ ਦਾ ਇੱਕ ਥੰਮ ਗਿਣਿਆ ਗਿਆ ਰਾਮ ਥੰਮਣ ਜਿੱਥੇ ਤੁਸੀਂ ਬੈਠੇ ਹਾਜ਼ਰੀਆਂ ਭਰ ਰਹੇ ਹੋ ਵਾਹਿਗੁਰੂ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਦਾ ਬਲ ਬਖਸ਼ੇ ਆਓ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਦੀਪ ਸਿੰਘ ਜਿਹੜੀ ਦਮਦਮੀ ਟਕਸਾਲ ਹੈ ਨਾ ਭਰਾਓ ਇਹ ਗੁਰੂ ਗੋਬਿੰਦ ਸਿੰਘ ਨੇ ਕਿਰਪਾ ਕਰਕੇ ਆਪ ਚਲਾਈ ਹੈ ਅਤੇ ਦਮਦਮੀ ਟਕਸਾਲ ਦੇ 3 ਜਥੇਦਾਰ ਨੇ ਜਿਨ੍ਹਾਂ ਨੇ ਗੁਰੂ ਰਾਮਦਾਸ ਅਤੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਸੀਸ ਦੇ ਕੇ ਮਹਾਨ ਕੁਰਬਾਨੀ ਕੀਤੀ ਹੈ ਬਾਬਾ ਦੀਪ ਸਿੰਘ ਜੀ ਨੇ ਸੀਸ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਰੱਖਿਆ ਅਤੇ ਦੂਜੇ ਜਥੇਦਾਰ ਦਮਦਮੀ ਟਕਸਾਲ ਦੇ ਹੋਏ ਨੇ ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਜੀ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਦਾ 30,000 ਫੌਜ ਦਾ ਮੁਕਾਬਲਾ ਕਰਦੇ ਅਕਾਲ ਤਖ਼ਤ ਦੇ ਬੈਕ ਸਾਈਡ 'ਤੇ ਉਹਨਾਂ ਦਾ ਸਮਾਧਾ ਹੈ ਜਿੱਥੇ ਉਹ ਸ਼ਹੀਦ ਹੋਏ ਇਸ ਤੋਂ ਮਗਰੋਂ ਦਮਦਮੀ ਟਕਸਾਲ ਦੇ 14ਵੇਂ ਜਥੇਦਾਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿਨ੍ਹਾਂ ਦੀ ਅਕਾਲ ਤਖ਼ਤ ਦੀ ਅਰਦਲ ਵਿੱਚ ਯਾਦਗਾਰ ਬਣਾਈ ਹੈ ਸੰਤ ਬਾਬਾ ਹਰਨਾਮ ਸਿੰਘ ਦਮਦਮੀ ਟਕਸਾਲ ਅਤੇ ਪੰਜਾਬ ਦੇ ਗੁਰਸਿੱਖਾਂ ਵੱਲੋਂ ਅਤੇ ਵਿਦੇਸ਼ੀ ਵੀਰਾਂ ਵੱਲੋਂ ਮੈਂ ਧੰਨਵਾਦ ਕਰਦਾ ਹਾਂ ਕੋਈ ਐਸੀ ਜਥੇਬੰਦੀ ਨਹੀਂ ਜਿਨ੍ਹਾਂ ਦੇ 3 ਜਥੇਦਾਰ ਮੁਖੀਆਂ ਨੇ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਆਪਣਾ ਸੀਸ ਕੁਰਬਾਨ ਕੀਤਾ ਹੋਵੇ ਜੇ ਕੀਤਾ ਹੈ ਤਾਂ ਦਮਦਮੀ ਟਕਸਾਲ ਨੇ ਅਤੇ ਜਿਨ੍ਹਾਂ ਨੇ ਮਹਾਨ ਕੁਰਬਾਨੀ ਕੀਤੀ ਹੈ ਇਹ ਗੱਲ ਵੱਖਰੀ ਹੈ ਅੱਜ ਜਿਹੜਾ ਬੰਦਾ ਜਣਾ ਖਣਾ ਉੱਠਦਾ ਹੈ ਉਹ ਦਮਦਮੀ ਟਕਸਾਲ 'ਤੇ ਉਂਗਲਾਂ ਰੱਖਦਾ ਜੀ ਇਹਨਾਂ ਇਹ ਕੀਤਾ ਇਹਨਾਂ ਯੋਗ ਕੀਤਾ ਵੋਹ ਕੀਤਾ ਉਹਨਾਂ ਨੂੰ ਚੇਤਾ ਭੁੱਲ ਗਿਆ ਵੀ ਦਮਦਮੀ ਟਕਸਾਲ ਦੇ 3 ਮੁਖੀਆਂ ਨੇ ਆਪਣਾ ਸੀਸ ਗੁਰੂ ਰਾਮਦਾਸ ਦੇ ਚਰਨਾਂ 'ਚ ਭੇਟਾ ਦਿੱਤਾ ਤੁਸੀਂ ਇੱਕ ਬੰਦੇ ਦਾ ਹੀ ਕਰਕੇ ਵਿਖਾਓ ਮੁਖੀ ਦਾ ਤਾਂ ਛੱਡੋ ਕਿਸੇ ਹੋਰ ਦਾ ਹੀ ਇਹ ਉਹਨਾਂ ਦੀ ਕੁਰਬਾਨੀ ਦਾ ਸਦਕਾ ਹੈ ਆਓ ਮਿਸਲ ਸ਼ਹੀਦਾਂ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਦੀਪ ਸਿੰਘ ਜਦੋਂ ਜਮਾਲ ਖਾਨ ਨਾਲ ਸਾਂਝਾ ਵਾਰ ਹੋਇਆ ਆਪਸ ਦੇ ਵਿੱਚ ਦੋਹਾਂ ਨੇ ਜਦ ਵਾਰ ਚਲਾਇਆ ਸੀਸ ਧੜਾਂ ਤੋਂ ਲੱਥ ਗਏ ਅਤੇ ਰੱਬ ਖੇਲ ਰਚਾਇਆ ਜਦੋਂ ਬਾਬਾ ਦੀਪ ਸਿੰਘ ਜੀ ਦਾ ਸੀਸ ਧੜ ਨਾਲੋਂ ਲੈ ਕੇ ਧਰਤੀ 'ਤੇ ਡਿੱਗਾ ਭਾਵੀ ਹੋਣੀ ਮੌਤ ਨਜ਼ਦੀਕ ਖੜੀ ਸੀ ਉਹ ਖਿੜਖਿੜਾ ਕੇ ਕਹਿਣ ਲੱਗੀ ਹੋਣੀ ਹੱਸ ਕੇ ਮੁੱਖ ਤੋਂ ਕਹਿਣ ਲੱਗੀ
बैठो राह विच ढेरियां ढा बाबा ओ तू तां कहा सी मरांगा हरि मंदर ओ पंचम पातशाह विच गवाह बाबा कीते कौल तो मर्द ना हटन पिछे तू अरदास नूं दित्ता भला बाबा मैं तां समझिया गुरु दा नूर तैनू तू परन सकिया नहीं पुगा बाबा कहिंदे ने जे कोई बंदा मेहना मारे ना बंदे नूं पंजाब दा जनपल मर्द होवे जिन्हें पंजाब दी धरती दा पानी पीता होवे ओ तां शहीद होवे तां वी ओ लड़न वास्ते तैयार हो जांदा है विद्वान कहिंदे वट्टा जिवें घड़े नूं लकड़ नूं फाना इंज पार सुटदा दोस्तो मर्दां नूं ताना भावी कहिंदी बाबा तू तरन तारन गुरु अर्जन देव साहब दे चरणां विच अरदास कीती सी जे किते जिउंदा दरबार साहब तू चलिया जांदा ना रस्ते विच मैं तैनू शहीद ना करदी मैनू मौत कहिंदी है दुनिया ते जणे खणे ने उठ के पंजां प्यारियां पासों खंडे बाटे दा अमृत पान करके मैनू मखौल करने सी बाबा 84 लख जूना मेरा खज है इस वास्ते मैं तां रामन सुलेमान वर्गे मैं रामन वर्गे ते हरनाक्ष वर्गे सिकंदर वर्गे नहीं छड्डे बाबा तू केड़े बाग दी मूड़ी है किथे है तेरा दरबार साहब उस टाइम ते बाबा दीप सिंह दे सीस विचों आवाज आई कहिंदा ओ बचन सिंह दे होणीए पूरे ते पक्के ओ असी फड़ जमदूत लंघा दिए सूई दे नक्के सानू अमृतसर वल जांदे अज केड़ा डक्के हुण वेखी किवें छुटदे दुश्मन दे छक्के ओए असी खंडे 18 सेर दे एवें नहीं चक्के कह के बाबा दीप सिंह जी ने खब्बे हाथ ते रख्या सीस है सज्जे हाथ च 18 सेर दा खंडा लैके जालमां दे आउ मकाउंदा होया गुरु रामदास दे चरणां वल जा रिहा है आओ जरा दमदमी टहल दे दमदमी टकसाल दे पहले जथेदार सिंह साहब बाबा दीप सिंह जालमा दा किवें खात्मा करदे ने बगैर सीस तो सुनो जरा निर्मल सिंह नूर दा ढाडी जत्था हे ਖਰਾ ਕਰਾ ਕੇ ਸਾਰਗ ਤੋ ਕਿੰਨਾ ਚੋਜ ਹੈ ਨਿਆਰਾ ਸਾਰੇ ਜਗ ਤੋ ਸੀਸ ਵਖਰਾ ਕਰਾ ਕੇ ਸਾਰਗ ਤੋ ਕਿੰਨਾ ਚੋਜ ਹੈ ਨਿਆਰਾ ਸਾਰੇ ਜਗ ਤੋ ਖੰਡੇ ਧਾਰ ਪਿਤਾ ਅਮਰ ਆਤਮਾ ਨੂੰ ਕੀਤਾ ਖੰਡੇ ਧਾਰ ਪਿਤਾ ਅੰਤ ਆਤਮਾ ਨੂੰ ਕੀਤਾ Thank you.
جلسے دی سارے جے جے کار ہے نور ڈاڈی جتھا گاندا او دیوار ہے ہوئی خالصے دی سارے جے جے کار ہے खालसा जी आज बहुत बड़ी खुशी हो रही है कि दमदमी टकसाल के हेडक्वार्टर गुरुद्वारा गुरदर्शन प्रकाश मेहते तो पांच प्यारे साहबान विशेष तौर पर खुजाले नगर बाबा राम थम्मन जी के सलाना जोड़ मेले ते पहुंचे ने खंडे बाटे का अमृत तैयार होना है जहर तो लोग रोज पींदे ने वाहगुरु करे कदे मौका मिले जिंदगी विच बंदा पंजा प्यारियां पासों खंडे बाटे दा अमृत मंग के वो गुरु महाराज दा पुत्तर बने गुरु दे बेड़े ते सवार होवे। मैं धन्नवाद करदा हां पंज प्यारे साहिबाना दा इस पावन पवित्र स्थान दे हजूरी कीर्तनीए भाई गगनदीप सिंह जी जिहड़े पिछले समय विच कनेडा विच आए ने वो बड़ी इमानदारी नाल उम्र तां भावें उन्हां दी छोटी है गगनदीप सिंह जी दी पर वाहगुरु ने उस बच्चे नूं बरकतां बड़ियां दित्तियां ने इत्थे रह के वो गुरु महाराज दे चरणां च कीर्तन करदे ने। मैं उन्हां दा वी धन्नवाद करदा हाँ। बाबा जी दे बेटे बाबा तरसेम सिंह जी भावें पक्के तौर पर मलेशिया रह रहे सी पर बाबा जी की सेहत ठीक ना होण करके अलविदा कह आए ने मलेशिया नूं ते इत्थे बाबा राम थम्मन दे चरणां विच लक बन के सेवा करन वास्ते ते नाले बजुर्गां दी सेवा विच हाजर होए ने। नहीं ते विदेश विच बंदा रहिंदा होवे छड्ड के पंजाब आउंदा थोड़ा है, वो कहिंदा नहीं विदेशां विच तां जिंदगी बहुत वधिया है पर जिन्हां उत्ते गुरु की कृपा होवे इस परिवार उत्ते ही रब की इन्नी कृपा है। संत बाबा गुरबचन सिंह जी खालसा जी तो रब्बी रहमत प्राप्त करदे अज भी टकसाल नाल जुड़े ने गुरमत विचारां नाल जुड़े है। वाहिगुरु कृपा करे चढ़दी कला दा बल मिले। देखो कितने कितने महापुरश विद्वान रागी ढाडी कथावाचक बुलाए ने कादे वास्ते कि सिखी दा प्रचार हो सके वाकई दुनिया नूं पता लगे कि ये दमदमी टकसाल दी ब्रांच है खजाला नगर बाबा राम थम्मन जी दा पवित्र स्थान ते इत्थे सिखी दी मान मर्यादा विच रह के गुरमत दे बचन बलास हुंदे है। सारी संगत आउंदी है इत्थे पवित्रता दा सोमा है। साल बाद जिहड़ा समागम हुंदा है संगत भौरा भौरे बन के आउंदी है ते शुभ गुणा दी सुगंधी गुरु दे चरणां विचों प्राप्त करदी है। तुहानूं सारिआं नूं जीओ आया वाहिगुरु चढ़दी कला दा बल बख्शे। ਜ਼ਾਲਮਾਂ ਦੇ ਝੰਡੇ ਪੁੱਟ ਕੇ ਦਰਬਾਰ ਸਾਹਿਬ ਨੂੰ ਆਜ਼ਾਦ ਕਰਕੇ ਗੁਰੂ ਰਾਮਦਾਸ ਦੀ ਪ੍ਰਕਰਮਾ ਵਿੱਚ ਸਿਰ ਰੱਖ ਕੇ ਬਾਬਾ ਦੀਪ ਸਿੰਘ ਜੀ ਨੇ ਕਿਹਾ ਦਾਤਾ ਮੈਨੂੰ ਪੰਥ ਦੇ ਮਾਲਕ ਨੇ ਦਮਦਮੀ ਟਕਸਾਲ ਦਾ ਮੁਖੀ ਥਾਪਿਆ ਹੈ ਮੈਂ ਤੁਹਾਡੇ ਚਰਨਾਂ ਦੀ ਧੂੜ ਹਾਂ ਇਹ ਸੀਸ ਪੰਥ ਦਾ ਸੀ ਤੇ ਪੰਥ ਦੇ ਲੇਖੇ ਲੱਗ ਗਿਆ ਦਾਤਾ ਤੇਰੇ ਚਰਨਾਂ ਵਿੱਚ ਕੋਈ ਕੜਾ ਪ੍ਰਸ਼ਾਦ ਦੀ ਦੇਗ ਕੋਈ ਰਮਾਲਾ ਲੈ ਕੇ ਆਉਂਦਾ ਹੋਏਗਾ ਕੋਈ ਫੁੱਲਾਂ ਦੀ ਮਾਲਾ ਕੋਈ ਦੁੱਧ ਦੀ ਡੋਣੀ ਕੋਈ ਆਟੇ ਦਾ ਥੈਲਾ ਪਰ ਦੀਪ ਸਿੰਘ ਗਰੀਬ ਬੰਦਾ ਤੁਹਾਡੇ ਚਰਨਾਂ ਵਿੱਚ ਆਪਣਾ ਸਿਰ ਲੈ ਕੇ ਹਾਜ਼ਰ ਹੋਇਆ ਹੈ ਦਾਤਾ ਗਰੀਬ ਦੀ ਭੇਟਾ ਪ੍ਰਵਾਨ ਕਰੋ ਸਤਿਗੁਰ ਨੇ ਪ੍ਰਵਾਨ ਕੀਤੀ ਇਹ ਕਹਿ ਕੇ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਬਾਬਾ ਜੀ ਦਾ ਧੜ ਤੇ ਸੀਸ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਪਿਆ ਪੰਥ ਨੇ ਅਰਦਾਸ ਕਰਕੇ ਮਤਾ ਪਾ ਕੇ ਜਿੱਥੇ ਉਹ ਚਾਟੀ ਪਿੰਡ ਗੇਟ ਹੈ ਉੱਥੇ ਚੰਦਨ ਦੀ ਚਿਖਾ ਚਿੰਨ ਕੇ ਪੰਥ ਨੇ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਉਹਨਾਂ ਦੀ ਯਾਦ ਵਿੱਚ ਉੱਥੇ ਚਾਟੀ ਪਿੰਡ ਗੇਟ ਸ਼ਹੀਦਾਂ ਦਾ ਗੁਰਦੁਆਰਾ ਸੁਭਾਏ ਮਾਨ ਹੈ ਇਸ ਤੋਂ ਮਗਰੋਂ ਅਹਿਮਦ ਸ਼ਾਹ ਅਬਦਾਲੀ ਦਾ ਮੁਕਾਬਲਾ ਕਰਦੇ ਹੋਏ ਉਸ ਟਾਈਮ 'ਤੇ ਬਾਬਾ ਗੁਰਬਖਸ਼ ਸਿੰਘ ਜੀ ਵੀ ਵੀਰ ਗਤੀ 30,000 ਪਠਾਣਾਂ ਨਾਲ ਮੁਕਾਬਲਾ ਕਰਕੇ ਅਤੇ ਗੁਰੂ ਰਾਮਦਾਸ ਦੀ ਸਰੋਵਰ ਦੀ ਪਵਿੱਤਰਤਾ ਨੂੰ ਕਾਇਮ ਕਰਦੇ ਹੋਏ ਉਹ ਸ਼ਹੀਦ ਹੋਏ। ਅਜੇ ਕੱਲ੍ਹ ਦੀ ਬਾਤ ਹੈ 84 ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਦਮਦਮੀ ਟਕਸਾਲ ਦੇ 14ਵੇਂ ਜਥੇਦਾਰ ਨੇ ਬਾਬਾ ਜਰਨੈਲ ਸਿੰਘ ਜੀ ਦੀ ਵਾਰ ਕਹਿਣ ਤੋਂ ਪਹਿਲਾਂ ਮੈਂ ਅਰਜ਼ ਕਰਾਂ ਜ਼ਿਲ੍ਹਾ ਫਰੀਦਕੋਟ ਵਿੱਚ ਇੱਕ ਪਿੰਡ ਹੈ ਉਹ ਪਿੰਡ ਹੈ ਇਤਿਹਾਸਕ
ਉਹਦਾ ਨਾਮ ਹੈ ਛੱਤੇਆਣਾ। ਉਸ ਪਿੰਡ ਵਿੱਚ ਪੰਥ ਦੇ ਮਾਲਕ ਗਏ ਜਿਹੜੇ ਬਰਾੜ ਭਰਤੀ ਹੋਏ ਸੀ ਨਾ ਗੁਰੂ ਗੋਬਿੰਦ ਸਿੰਘ ਦੀ ਫੌਜ ਵਿੱਚ। ਉਹ ਕਹਿੰਦੇ ਮਹਾਰਾਜ ਕਈ ਮਹੀਨੇ ਹੋ ਗਏ, 8 ਮਹੀਨੇ ਤਾਂ ਅਨੰਦਪੁਰ ਨੂੰ ਘੇਰਾ ਪਿਆ ਰਿਹਾ ਅਤੇ ਉਸ ਤੋਂ ਮਗਰੋਂ ਵੀ ਸਮਾਂ ਲੰਘ ਗਿਆ, ਸਾਨੂੰ ਤਨਖਾਹਾਂ ਨਹੀਂ ਮਿਲੀਆਂ, ਸਾਨੂੰ ਤਨਖਾਹਾਂ ਦਿੱਤੀਆਂ ਜਾਣ। ਮੇਰੇ ਸਤਿਗੁਰ ਨੇ ਐਸਾ ਕੌਤਕ ਵਰਤਾਇਆ ਕਿ ਬਰਾੜ ਹੁਣ ਸਾਡੇ ਕੋਲੋਂ ਤਨਖਾਹਾਂ ਮੰਨਦੇ ਆ। ਮਹਾਰਾਜ ਜੀ ਨੇ ਐਸਾ ਕ੍ਰਿਸ਼ਮਾ ਕੀਤਾ, ਇੱਕ ਸ਼ਰਧਾਲੂ ਸੋਨੇ ਦੀਆਂ ਮੋਹਰਾਂ ਦੀ ਥੈਲੀ ਲੈ ਕੇ ਆ ਗਿਆ, ਛੱਤੇਆਣੇ ਪਿੰਡ ਗੁਰੂ ਗੋਬਿੰਦ ਸਿੰਘ ਜੀ ਨੂੰ ਭੇਟਾ ਕੀਤੀ। ਮਹਾਰਾਜ ਨੇ ਕਿਹਾ ਉਹ ਬਰਾੜੋ ਜਿਹੜੀ ਤੁਹਾਡੀ ਬਣਦੀ ਬਕਾਇਆ ਤਨਖਾਹ ਲੈ ਲਵੋ। ਲੰਮੀ ਲਾਈਨ ਲੰਘ ਗਈ, ਸਾਰੇ ਬਰਾੜਾਂ ਨੂੰ ਸੋਨੇ ਦੀਆਂ ਮੋਹਰਾਂ ਦੀ ਤਨਖਾਹ ਛੱਤੇਆਣੇ ਪਿੰਡ ਵਿਖੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਿੱਤੀ। ਇੱਕ ਮਲਵਈ ਬਰਾੜ ਰਹਿ ਗਿਆ, ਉਹਦਾ ਨਾਂ ਸੀ ਭਾਈ ਦਾਨ ਸਿੰਘ। ਉਹ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦਾ ਪਿੱਛੇ ਖੜਾ ਰਿਹਾ। ਸਤਿਗੁਰੂ ਕਹਿੰਦੇ ਭਾਈ ਦਾਨ ਸਿੰਘ ਜੀ ਤੁਸੀਂ ਅੱਗੇ ਆਓ ਅਤੇ ਤੁਸੀਂ ਵੀ ਤਨਖਾਹ ਲੈ ਲਵੋ। ਅਤੇ ਭਾਈ ਦਾਨ ਸਿੰਘ ਕਹਿੰਦਾ ਦਾਦਾ ਮੈਂ ਸੋਨੇ ਦੀਆਂ ਮੋਹਰਾਂ ਅਤੇ ਪੈਸੇ ਅਤੇ ਮਾਇਆ ਦਾ ਇਹ ਤਨਖਾਹ ਨਹੀਂ ਲੈਣੀ, ਕਿਰਪਾ ਕਰਕੇ ਆਪਣੀ ਰਹਿਮਤ ਗਰੀਬ ਦੀ ਝੋਲੀ ਵਿੱਚ ਪਾ ਦਿਓ। ਸਤਿਗੁਰ ਸੱਚੇ ਪਾਤਸ਼ਾਹ ਨੇ ਕਿਹਾ ਦਾਨ ਸਿੰਘਾ ਤੂੰ ਇੰਨਾ ਸਿਦਕ ਅਤੇ ਸਬਰ ਦਿਖਾ ਕੇ ਮਾਲਵੇ ਦੀ ਜੜ ਰੱਖ ਲਈ ਹੈ। ਅੱਧੀ ਕੁ ਜਿਹੜੀ ਮੋਹਰਾਂ ਦੀ ਥੈਲੀ ਸੀ ਉਹ ਲੱਗੀ ਅਤੇ ਬਾਕੀ ਇੰਨੀ ਬਰਕਤ ਪਈ, ਅੱਧੀਆਂ ਤੋਂ ਜ਼ਿਆਦੀਆਂ ਮੋਹਰਾਂ ਬਚ ਗਈਆਂ। ਜਦੋਂ ਬਚ ਗਈਆਂ ਨਾ ਤਾਂ ਮਹਾਰਾਜ ਕਹਿੰਦੇ ਸਿੰਘੋ ਕਈ ਲਿਆਓ ਡੂੰਘਾ ਟੋਆ ਪੁੱਟੋ। ਟੋਆ ਪੁੱਟ ਕੇ ਧਰਤੀ ਵਿੱਚ ਬਾਕੀ ਦੀਆਂ ਸੋਨੇ ਦੀਆਂ ਮੋਹਰਾਂ ਮਹਾਰਾਜ ਨੇ ਦੱਬ ਦਿੱਤੀਆਂ, ਮਿੱਟੀ ਪਾ ਦਿੱਤੀ ਅਤੇ ਆਪ ਅਗਲੇ ਪਿੰਡ ਚਲੇ ਗਏ। ਜਦੋਂ ਮਿੱਟੀ ਪਾ ਦਿੱਤੀ ਅੱਗੇ ਤੁਰ ਗਏ, ਮਹਾਰਾਜ ਨੇ ਕਿਹਾ ਸਾਡਾ ਖਜ਼ਾਨਾ ਹੈ, ਇਹਦਾ ਨਾਮ ਹੈ ਗੁਪਤ ਸਰ। ਉੱਥੇ ਫਰੀਦਕੋਟ ਵਿੱਚ ਭਰਾਓ ਅੱਜ ਵੀ ਗੁਰਦੁਆਰਾ ਛੱਤੇਆਣਾ ਪਿੰਡ ਹੈ, ਉਹਦਾ ਨਾਮ ਹੈ ਗੁਰਦੁਆਰਾ ਗੁਪਤ ਸਰ ਸਾਹਿਬ। ਜਦੋਂ ਅੱਧੀ ਕੁ ਰਾਤ ਹੋਈ ਨਾ, ਜਿਹੜੇ ਗੁਰੂ ਤੋਂ ਬੇਮੁਖ ਲੋਕ ਹੁਣ, ਕਈ ਲੋਕ ਹੁੰਦੇ ਗੁਰੂ ਦੇ ਸ਼ਰਧਾਲੂ ਅਤੇ ਕਈ ਨਿੰਦਾ ਚੁਗਲੀ ਕਰਨ ਵਾਲੇ, ਕਈ ਬਾਬੇ ਨਾਨਕ ਨੂੰ ਕੋਧਰੇ ਦਾ ਪ੍ਰਸ਼ਾਦਾ ਛਕਾ ਕੇ ਰੱਬ ਦੀ ਰਜਾ ਵਿੱਚ ਰਾਤ ਕੱਟਣ ਵਾਲੇ, ਅਤੇ ਕਈ ਐਸੇ ਨੇ ਉਹ ਪੱਥਰ ਮਾਰਨ ਵਾਲੇ, ਕੋਈ ਕਹਿਣ ਵਾਲੇ, ਕੋਈ ਆਖੇ ਭੂਤਨਾ, ਕੋਈ ਕਹੇ ਬਿਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ, ਕੋਈ ਬਾਬੇ ਨਾਨਕ ਨੂੰ ਭੂਤਨਾ ਬਿਤਾਲਾ ਕਹਿੰਦਾ, ਕੋਈ ਸੇਵਾ ਵੀ ਕਰਦਾ। ਜਿਹੜੇ ਇੱਦਾਂ ਦੇ ਬੰਦੇ ਸੀ ਨਾ ਮਹਾਰਾਜ 'ਤੇ ਵਿਸ਼ਵਾਸ ਘੱਟ ਰੱਖਦੇ ਸੀ, ਉਹ ਕਹਿੰਦੇ ਗੁਰੂ ਸੋਨੇ ਦੀਆਂ ਮੋਹਰਾਂ ਦੀ ਥੈਲੀ ਨੱਪ ਕੇ ਗਿਆ, ਅੱਧੀ ਰਾਤ ਵੇਲੇ ਆਪਾਂ ਕੱਢਾਂਗੇ। ਜਦੋਂ ਅੱਧੀ ਕੁ ਰਾਤ ਹੋਈ ਨਾ ਕਈ ਲੈ ਆਏ ਅਤੇ ਨਾਲ ਛਾਨਣੇ ਲੈ ਆਏ ਰੇਤਾ ਛਾਨਣ ਵਾਸਤੇ, ਮਾਲਵੇ ਦੇ ਇਲਾਕੇ ਵਿੱਚ ਰੇਤਾ ਬੜੀ ਹੁੰਦੀ ਹੈ। ਤਾਂ ਸਤਿਕਾਰੀਓ ਖਾਲਸਾ, ਜਦੋਂ ਜਾ ਕੇ ਟੋਆ ਪੁੱਟਣ ਲੱਗ ਪਏ ਨਾ, ਉਹਨਾਂ ਨੂੰ ਕੀ ਪਤਾ ਸੀ ਇਹਦੇ ਗੁਰੂ ਗੋਬਿੰਦ ਸਿੰਘ ਨੇ ਕਲਾ ਵਰਤਾਈ ਹੈ। ਦੁਨੀਆਦਾਰਾਂ ਨੂੰ ਨਹੀਂ ਪਤਾ ਲੱਗਦਾ ਸਤਿਗੁਰੂ ਕੀ ਕਹਿੰਦੇ ਹੈ, ਐਵੇਂ ਲੋਕ ਭੂਤਨਾ ਬਤਾਲਾ ਸਾਡੇ ਸਤਿਗੁਰੂ ਨੂੰ ਕਹੀ ਜਾਂਦੇ ਨੇ, ਉਹ ਤਾਂ ਸਾਰਿਆਂ ਦਾ ਭਲਾ ਮੰਗਦੇ ਨੇ। ਮਹਾਰਾਜ ਨੇ ਐਸਾ ਚੋਜ ਵਰਤਾਇਆ, ਰਾਤ ਅੱਧੀ ਰਾਤ ਹੋਈ, ਜਦੋਂ ਟੋਆ ਪੁੱਟਣਾ ਸ਼ੁਰੂ ਕਰ ਦਿੱਤਾ, ਰੇਤਾ ਛਾਨਣੇ ਨਾਲ ਛਾਣੀ ਅਤੇ ਮੋਰ ਇੱਕ ਵੀ ਨਾ ਲੱਭੀ। ਨਿਰਾਸ਼ਾ ਦੇ ਆਲਮ ਵਿੱਚ ਡੁੱਬੇ ਹੋਏ ਵਾਪਸ ਘਰਾਂ ਨੂੰ ਆ ਕੇ ਸੌਂ ਗਏ। ਦਿਨ ਚੜਿਆ, ਸਾਧ ਸੰਗਤ ਸਮਾਂ ਗੁਜ਼ਰਿਆ, ਲੋਕਾਂ ਨੂੰ ਪਤਾ ਲੱਗਾ ਕਿ ਕੁਝ ਬੇਈਮਾਨ ਬੰਦਿਆਂ ਨੇ ਮਹਾਰਾਜ ਦੀਆਂ ਮੋਹਰਾਂ ਕੱਢਣ ਵਾਸਤੇ ਰਾਤ ਨੂੰ ਛਾਨਣਾ ਲਾ ਕੇ ਰੇਤਾ ਪੁੱਟੀ ਸੀ। ਯਾਦ ਰੱਖਣਾ, ਜਿਨ੍ਹਾਂ ਨੇ ਤਨਖਾਹਾਂ ਮੰਗ ਕੇ ਜਿਨ੍ਹਾਂ ਦੇ ਪੁੱਤ ਪੋਤਰਿਆਂ ਨੇ ਇਹ ਮਹਾਰਾਜ ਜੀ ਦੇ ਜਿੱਥੇ ਖਜ਼ਾਨਾ ਦੱਬਿਆ ਸੀ ਉਹਨਾਂ ਨੂੰ ਰੇਤਾ ਵਿੱਚ ਛਾਣਿਆ, ਉਹਨਾਂ ਲੋਕਾਂ ਦੇ ਇਸ ਤਰ੍ਹਾਂ ਦੀ ਨੀਤ ਵਾਲੇ ਲੋਕਾਂ ਦੇ ਘਰੇ ਇੱਕ ਬੰਦਾ ਪੈਦਾ ਹੋਇਆ, ਉਹਦਾ ਨਾਂ ਕੁਲਦੀਪ ਬਰਾੜ। ਉਹ ਆਰਮੀ ਵਿੱਚ ਭਰਤੀ ਹੋ ਗਿਆ ਅਤੇ ਜਿਹੜਾ ਭਾਈ ਦਾਨ ਸਿੰਘ ਹੈ ਉਹਦੇ ਘਰੇ ਪੈਦਾ ਹੋਇਆ ਸੰਤ ਬਾਬਾ ਜਰਨੈਲ ਸਿੰਘ ਜੀ ਰੋਡੇ ਪਿੰਡ ਵਿਖੇ। ਉਹ ਜਿਨ੍ਹਾਂ ਨੇ ਸਿੱਧਕ ਰੱਖਿਆ, ਗੁਰੂ ਕੋਲੋਂ ਸਿੱਖੀ ਮੰਗੀ, ਉਹਨਾਂ ਦੇ ਘਰੇ ਸੰਤ ਬਾਬਾ ਜਰਨੈਲ ਸਿੰਘ ਜੀ ਪ੍ਰਗਟ ਹੋਏ, ਅਤੇ ਜਿਨ੍ਹਾਂ ਨੇ ਰਾਤ ਦੇ ਸਮੇਂ ਚਲਾਕੀ ਵਿੱਚ ਆ ਕੇ ਰੇਤਾ ਛਾਣੀਆਂ, ਉਹਨਾਂ ਦੇ ਘਰੇ ਕੁਲਦੀਪ ਬਰਾੜ ਪੈਦਾ ਹੋਇਆ। ਜਦੋਂ ਅਕਾਲ ਤਖ਼ਤ ਉੱਤੇ ਅਟੈਕ ਕਰਨਾ ਚਾਹਿਆ ਸੀ, ਕੁਲਦੀਪ ਬਰਾੜ ਨੇ ਕਿਹਾ ਜਰਨੈਲ ਸਿੰਘਾ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਕਹਿੰਦੀ ਤੈਨੂੰ 1 ਅਰਬ ਅਮਰੀਕਾ ਦਾ ਡਾਲਰ ਦੇ ਦਿੰਦੇ ਹਾਂ, ਤੇਰੇ 10 ਸ਼ਰਧਾਲੂਆਂ ਦੇ ਨਾਮ ਜਮ੍ਹਾਂ ਕਰਾ ਦਿੰਦੇ ਹਾਂ, ਅਮਰੀਕਾ ਜਾਂ ਕਨੇਡਾ ਪਹੁੰਚ ਜਾ ਤੈਨੂੰ ਭੇਜ ਦੇਵਾਂਗੇ, ਪਰ ਹਥਿਆਰ ਸੁੱਟ ਦੇ। ਬਾਬਾ ਜਰਨੈਲ ਸਿੰਘ ਨੇ ਕਿਹਾ ਉਹ ਬਰਾੜਾ ਯਾਦ ਰੱਖ, ਮੱਖੀਆਂ ਜੂਠ 'ਤੇ ਡਿੱਗਦੀਆਂ ਨੇ, ਸ਼ੇਰਾਂ ਨੇ ਕਦੇ ਘਾਹ ਨਹੀਂ ਖਾਧਾ, ਅਤੇ ਜਿਹੜੇ ਹੰਸ ਹੁੰਦੇ ਹੈ ਉਹ ਕਦੇ ਮੋਠ ਬਾਜਰਾ ਨਹੀਂ ਖਾਂਦੇ, ਉਹ ਸੁੱਚੇ ਮੋਤੀਆਂ ਦੀ ਖੁਰਾਕ ਖਾਂਦੇ ਹੈ। ਤੁਹਾਡਾ 1 ਅਰਬ ਅਮਰੀਕਾ ਦਾ ਡਾਲਰ ਜਰਨੈਲ ਸਿੰਘ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਆਪਣੇ ਪੈਰ ਦੀ ਜੁੱਤੀ ਦੀ ਨੋਕ 'ਤੇ ਠਕਰਾਉਂਦਾ। ਕੁਲਦੀਪ ਬਰਾੜ ਨੇ ਕਿਹਾ ਉਹ ਜਰਨੈਲ ਸਿੰਘਾ ਯਾਦ ਰੱਖੀ, ਸਾਡੀ ਫੌਜ ਨੇ ਜੁੱਤੀਆਂ ਪਾ ਕੇ ਬੂਟ ਪਾ ਕੇ ਪ੍ਰਕਰਮਾ ਵਿੱਚ ਸ਼ਾਮਲ ਹੋਣਾ ਹੈ। ਬਾਬਾ ਜਰਨੈਲ ਸਿੰਘ ਨੇ ਕਿਹਾ ਜਿਸ ਪ੍ਰਕਰਮਾ ਵਿੱਚ ਦਮਦਮੀ ਟਕਸਾਲ ਦੇ ਪਹਿਲੇ ਜਥੇ ਆਧਾਰ ਨੇ ਆਪਣਾ ਸਿਰ ਧਰਿਆ, ਜਿਸ ਪ੍ਰਕਰਮਾ ਦੀ ਸਿਲ ਦੇ ਇੱਕ ਸਿਲ ਦੇ ਥੱਲੇ ਹਜ਼ਾਰਾਂ ਜਵਾਨਾਂ ਦੇ ਸਿਰ ਲੱਗੇ ਨੇ, ਜਦੋਂ ਤੁਹਾਡੀ ਫੌਜ ਇੱਥੇ ਆ ਕੇ ਪੈਰ ਧਰੇਗੀ। ਫਿਰ ਕੁਲਦੀਪ ਕਹਿੰਦਾ ਬਾਬਾ
जरनैल सिंह मेरी फौज बूट पा के परिक्रमा विच प्रवेश होन लगी है। असी पंजा घंटिया के अंदर अंदर अकाल तख्त नूं घेरा पा के दो घंटिया विच असी तैनू गिरफ्तार कर लेना, सत्तां घंटिया के अंदर अंदर सारी खेड मुका देनी है। बाबा जरनैल सिंह ने कहा मेरे देश दे नीच आकमो याद रखना, जदों तुहाडी फौज बूट पा के परिक्रमा विच शामिल होएगी तुहानू इथों दा कब्जा मिले या ना मिले असी तुहाडी छाती विचों छां छां कर दियां गोलियां जरूर पा मारे जा सत दुश्मन जीदा रहो उदो शांति दा कित्थों जाप हुंदा उस वेले कोई जमदा शेर नलुआ खिडारी नहीं जिहड़ा तुहाडियां गिद्दर भपकियां नूं सुन के घबरा जाएगा। गुरु गोबिंद सिंह दे खंडे बाटे दा अमृत पान कीता है, वाहिगुरु की कृपा द्वारा परमात्मा दुनिया के पदार्थां तों सदा वास्ते निर्लेप रखे। जरूरत पई गुरु रामदास के चरणों में मैं अपना सिर पेटा कर देवांगा पर तुहाडी ईन मैं कदे वास्ते नहीं मन्नांगा। उन्होंने कहा सिंगो असी उदों ना किसी की ईन मन्नी जदों तन तो लथा सी चम साडा, रोबच भरे हुए हंकारी बंदे ने और जिन्हां दे वड वडेरिया ने गुरु गोबिंद सिंह उत्ते ना भरोसा रख के रेता छाणियां, जिन्हां दे घरे कुलदीप बराड पैदा होया सी, ओह कहण लगा बाबा मेरी फौज आउण लगी है। रोबच भर गया दमदमी साल का चौदवां जथेदार सिंह साहिब संत बाबा जरनैल सिंह जी, जेड़े एक दिन विच एक सौ सौ जपजी साहब का जाप करते सी। लोग कहिंदे किवें कर सकते हैं, दुनिया वास्ते जिन्हां ने पंज जिन्हां ने कदे एक जपजी साहब का पाठ नहीं किया उन्होंने की पता है, उन्होंने वास्ते तो बहुत वड्डा पहाड़ है, पर जिन्हां दे रोम रोम विच वाहिगुरु वसिया होवे उन्होंने वास्ते जपजी साहब का सौ पाठ हर रोज़ करना कोई कठिन बात नहीं। तो दुनियादारां दी समझ विच इदां दीआं गल्लां नहीं आउंदियां, क्योंकि विद्वान कहिंदे ने दद्दा आखे दूर बड़ी मंजिल फकीरां वाली, ए दुनिया की जाने जिथे फकर बराज दे रोबे जाके संत बाबा जरनैल सिंह जी सूरबीर बहादुरां नूं वंगार हे।
यूं दा एक ना जावे परत के संग्राम दा थम साडा रहना किसे दे नहीं दुबेल होके चलिया आया है शुरू तो काम साडा ओ सब किश कौम दे लेखे लगा देंगे जदों तीक है दम विच दम साडा जे कोई साडी परीख्या लैन बदले शेर समझ के पिंजरे तार देवे ओ तख्तों ला के तख्ते ते सुट देवे ते साडे वस दे झुगे उजाड़ देवे टिकी रहेगी आशिक दी अख वांगू ओ साडी नजर निशानियों उकनी नहीं जो कुछ नहीं कीता साडे नाल कर लो ओए असा छट गुलामी दी चुकनी नहीं असी किसे दे अंडर नहीं रहना असी गुरु गोबिंद सिंह दे जाए हाँ असी ओदी आज्ञाकारी विच रह के असी पंथ दी सेवा करनी है ए साडा सिर जांदा ता जाए पर सिखी सिदक ना जाए। कुलदीप बराड़ कहिंदा लै बाबा फिर मेरा 2200 फौजी बूट पा के परिक्रमा विच शामिल होण लगा है उन्हें जदों लाउड स्पीकर आई अपने वाकी टाकी राही कहा बाबा जरनैल सिंह ने कहा साडे भी सिंह बिल्कुल तैयार है जदों 2200 फौजी बूट पा के तो जिथे जिस साइड ते परिक्रमा विच बाबा दीप सिंह शहीद ने अपना सीस रखिया सी ना शहीद सीस इस पास्यों 2200 फौजी अंदर प्रवेश होए बूटां सने ते सामने जिहड़ी नुक्कर है परिक्रमा दी उत्थे छबील है ते छबील दे अगले पासे कमरा है उस कमरे विच जनरल छबेक सिंह जी ने जिहड़े बंगलादेश दी जंग विच जनरल जगजीत सिंह अरोड़े दी अगवाई विच जिन्हां ने बहुत वड्डी जित प्राप्त कीती सी कहिंदे ने जदों कुलदीप बराड़ 1950 ईस्वी आर्मी विच भर्ती होया ना उदों जिहड़ी गुरु महाराज की कृपा द्वारा उन्हें सिखलाई ली सी जनरल छबेक सिंह पासों ही ली सी उन्हें एक पुस्तक लिखी है कुलदीप बराड़ ने उहदा नाम है साका नीला तारा उहदे विच उह लिखदा कहिंदा मैं 50 विच भर्ती होया ते उदों रंगरूटी मैं इहनां कोलों ही प्राप्त कीती सी सिखलाई सारी इहदे कोलों उहने एक पासे गुरु है ते एक पासे चेला 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 ही हुंदा ते गुरु गुरु ही हुंदा है उहने उह 93,000 फौजां दा जनरल के नवाजी बंगलादेश विच अमेरिका ते चाइना दा उहदे कोल शक्तिशाली उहदे कोल तोपां सी टैंक सी बंब सी बारूद सी 93,000 फौजी सी सारा कुछ हुंदिया होया जनरल छबेक सिंह ने उत्थे एक मुक्ति बानी फौज बनाई जिस दियां सामने उहने बाहां खड़ियां करके हैंड अप हो गया एक साल वो इंडिया विच कैद रहा इस तो बड़ी कमजोरी की हो सकती है वो जनरल छबेक सिंह वो जेड़ा छबील वाला कमरा है मगरले पासे ओदे पिछले पासे एक मेड जिड्डा डूंगा टोआ पुटिया इन्ना उच्चा ते इन्ना डूंगा जिवें दो बंदे आसानी नाल बैठ सकन ते धरती दी जेड़ी परिक्रमा है
ਪਰਕਰਮਾ ਦੇ ਮਾਰਬਲ ਤੋਂ 3 ਇੰਚ ਉੱਚਾ ਵਰਮੇ ਨਾਲ ਸਰਾਖ ਮਾਰੇ ਜਿੰਦੀ ਮਸ਼ੀਨ ਗੰਨਾ ਦੀਆਂ ਨਾਲੀਆਂ ਬਾਹਰ ਨੂੰ ਕੱਢਣੀਆਂ। ਉਹਨੂੰ ਪਤਾ ਸੀ ਕਿ ਮੇਰੇ ਕੋਲੋਂ ਹੀ ਸਿੱਖਿਆ ਨਾ ਕੁਲਦੀਪ ਬਰਾੜ ਵੀ ਕਿਵੇਂ ਫੌਜ ਨੂੰ ਅੱਗੇ ਵਧਾਉਣਾ ਹੈ। ਉਹਨੂੰ ਪਤਾ ਸੀ ਇਹਨਾਂ ਰੀਂਗਣ ਵਾਹ ਆਉਣਾ ਹੈ, ਮੈਂ ਸਿਖਲਾਈ ਇਹ ਕੁਲਦੀਪ ਬਰਾੜ ਨੂੰ ਦਿੱਤੀ ਹੈ ਕਿਉਂਕਿ ਮੇਰਾ ਸ਼ਗਿਰਜੂ ਹੈ। ਅਤੇ ਜਦੋਂ ਬਾਈ ਉਹ ਤਾਂ ਮੂੰਹ ਚੱਕੀ ਆਉਣ ਵੀ ਹਰੇ ਅਕਾਲ ਤਖ਼ਤ ਦੇ ਉੱਪਰੋਂ ਗੋਲੀ ਆਉਣੀ ਹੈ, ਰੋਕਾਂਗੇ। ਜਦੋਂ ਰੀਂਗਣ ਵਾਹ ਜਿਵੇਂ ਸੱਪ ਜਾਂ ਸਗੋਂ ਧਰਤੀ 'ਤੇ ਤੁਰਦੀ ਹੈ ਨਾ, ਪੇਟ ਘਸਾ ਕੇ ਤ੍ਰਿਗਤ ਜੂਨਾਂ ਵਾਂਗੂ ਜਿਵੇਂ 2200 ਫੌਜੀ ਬੂਟ ਪਾ ਕੇ ਅੱਗੇ ਵਧੇ। ਅਤੇ ਜਨਰਲ ਛਬੇਕ ਸਿੰਘ ਜੀ ਨੇ ਕਿਹਾ, ਸਿੰਘੋ ਅਜੇ ਕਾਹਲੇ ਨਹੀਂ ਪਾਉਣਾ, ਜਿੰਨਾ ਚਿਰ ਸਾਰੀ ਪਲਟਨ ਅੱਗੇ ਤੱਕ ਨਹੀਂ ਆ ਜਾਂਦੀ ਉਹਨਾਂ ਚਿਰ ਆਪਾਂ ਫੈਰ ਸ਼ੁਰੂ ਨਹੀਂ ਕਰਨਾ। ਜਦੋਂ 2200 ਫੌਜੀ ਐਨ ਲਾਗੇ ਆ ਗਏ, ਬਾਬਾ ਜਰਨੈਲ ਸਿੰਘ ਜੀ ਨੇ ਵੰਗਾਰ ਪਾਈ ਹੈ, ਉਸਨੇ ਕਿਹਾ, ਉਹ ਸਿੰਘੋ ਯਾਦ ਕਰੋ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਪਾਸੇ 40 ਅਤੇ ਦੂਜੇ ਪਾਸੇ ਬਾਹਰੋਂ 10 ਲੱਖ। ਉਸ ਟਾਈਮ 'ਤੇ ਸ਼ਬਦ ਪੜਿਆ, ਦੇਹੇ ਸ਼ਿਵਾ ਬਰ ਮੋਹੇ ਹੈ, ਸ਼ੁਭ ਕਰਮਨ 'ਤੇ ਕਭੂ ਨਾ ਡਰੋ, ਨਾ ਡਰੋ ਅਰਸੋਂ ਜਬ ਜਾਏ ਲਰੋ, ਨਿਸ਼ਚੇ ਕਰ ਆਪਣੀ ਜੀਤ ਕਰੋ, ਅਰ ਸਿੱਖੋ ਆਪਣੇ ਹੀ ਮਨ ਕਹੋ, ਇਹ ਲਾਲ ਚਹੋ ਗੁੰਤੋਂ ਚਰੋਂ ਜਬ ਆਪ ਕੀ ਔਦ ਨਿਦਾਨ ਬਣੇ, ਅੱਤ ਹੀਰਨ ਮੈਂ ਤਬ ਜੂਝ ਮਰੋ। ਫਿਰ ਦਸਮ ਗ੍ਰੰਥ ਦਾ ਇੱਕ ਸ਼ਬਦ ਬਾਬਾ ਜਰਨੈਲ ਸਿੰਘ ਨੇ ਪੜ੍ਹਿਆ, ਉਹ ਕਿਹੜਾ ਸੀ? ਹੁਣ ਤਾਂ ਬੇਈਮਾਨ ਬੰਦੇ ਕਹਿੰਦੇ ਨੇ ਇਹ ਜਿਹੜੀ ਦਸਮ ਗ੍ਰੰਥ ਦੀ ਬਾਣੀ ਹੈ, ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਜਿਹੜਾ ਬੰਦਾ ਆਪਣੇ ਪਿਓ 'ਤੇ ਹੀ ਉਂਗਲਾਂ ਚੁੱਕਣ ਲੱਗ ਪਵੇ ਉਹ ਕਿੰਨਾ ਕੁ ਦਿਆਨਤਦਾਰ ਹੋ ਜਾਓ, ਕਿੰਨੀ ਕੁ ਤਰੱਕੀ ਕਰ ਜਾਏਗੀ। ਬਾਬਾ ਜਰਨੈਲ ਸਿੰਘ ਨੇ ਕਿਹਾ, ਖਗ ਖੰਡ ਬਿਹੰਡੰਗ ਖਲਦਲ ਖੰਡੰਗ ਯਾਤਰਾ ਮੰਡੰਗ ਬਰ ਬੰਡੰਗ ਕੋਈ ਦਾਂਡੇ ਖੰਡੰਗ ਤੇ ਪ੍ਰਚੰਡੰਗ ਜੋਤ ਮੰਡੰਗ ਪਾਨ ਪ੍ਰਭੰਗ ਸੁਖ ਸੰਤਾ ਕਰਨੰਗ ਦੁਰਮਤ ਦਰਨੰਗ ਕਿਲ ਬਿਕ ਹਰਨੰਗ ਯਾ ਸਰਨੰਗ ਜੈ ਜੈ ਜਗ ਕਾਰਨ ਸ੍ਰਿਸ਼ਟੀ ਉਬਾਰੰਗ ਮਮ ਪ੍ਰਪਾਰੰਗ ਜੈ ਤੇਗ ਸ੍ਰੀ ਜੈ ਤੇਗ ਕਹਿ ਕੇ ਸੰਤ ਜੀ ਨੇ ਕਿਹਾ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਕਹਾਓ ਖੇਤ ਜੋ ਮਾਂਡਿਓ ਸੂਰਮਾ ਆਪ ਦੂਜਨ ਕੋ ਦਾਓ ਕਹਿ ਕੇ ਬਲੀ ਬਹਾਦਰਾਂ ਨੂੰ ਵੰਗਾਰ ਵਾਲਾ ਭਾਈ ਕੈਸੇ ਕਰਕੇ ਮਹਾਨ ਮਰਦ ਕੱਜਿਆ ਨਿਤਰੇ ਉਭਾਰ ਗਿਆ ਹੇਵੇਂ ਪਾਛਾ ਦੇ ਤਖਤ ਨੂੰ ਗਿਰਾਉਣ ਲਈ ਸ਼ਿਵੇਂ ਪਾਛਾ ਦੇ ਤਖਤ ਨੂੰ ਗਿਰਾਉਣ ਲਈ ਸਾਲੀਆਂ ਦੇ ਜਥੇ ਦੇ ਸਾਲੀਆਂ ਦੇ ਦਿਲਿਆਂ ਹਜ਼ੂਮ ਗਿਆ ਕਾ ਜਾਏ ਨਾ ਘਰਾਂ ਨੂੰ ਕੋਈ ਡੋਗਰਾ ਹਾਂ
परमेश समेश दे मशीन गन चली के 2200 दा 2200 बंदा धरती उत्ते ढेरी हो गया जिवें ना मक्की दे दाने भुजदे आ ना कड़ाई विच उड़दे तां नूं एदां फौजी उड़ रहे सी। कहिंदे ने 6 जून वाले दिन जिस दिन संत बाबा जरनैल सिंह जी शहीद होए भाई परमिंदर सिंह जी बुट्टर साहब दमदमी टकसाल दे सत्कारे होए कथावाचक जिहड़े विशेष तौर ते गुरद्वारा गुरदर्शन प्रकाश तो इत्थे पहुँचे ने। मैं बुट्टर साहब जी तुहानू तुहाडे नाल जिहड़े होर सिंह आए ने बड़े सत्कार नाल गुरु की स्टेज वालों जीवां आखदा हाँ धन पा गए वाहिगुरु तुहानू वध तों वध पंथ की सेवा करन दा मान बख्शे। ये सतगुरु सच्चे पातशाह जी दे चरण कमलों विच अरदास बेनती है। तो बेनती मैं कर रहा सां कि गुरु महाराज की कृपा द्वारा वह कहिंदा 6 जून वाले दिन मैनू पता लगा यार 2200 फौजी भुजिया इन्हां खिलां वांगू सारा भुन दिता इहदा मतलब की। वह कहिंदे जिस दिन बाबा जरनैल सिंह जी शहीद होए तो असी उस टाइम ते 7 जून नू जाके वेख्या भी यह गोली आई कित्थों। तो जो देखिया ना परिक्रमा जिहड़ा वह संग मरमर लगा है वो तो 3 इंच उच्चिया धरती के बिल्कुल नाल उन्होंने सुराख मारे उदी नालियां मशीन गन्ना दियां कढ के 2200 फौजी भेज भुनिया से। तो उस टाइम से कुलदीप बराड़ कहिंदा मैं अपने उस्ताद गुरु जनरल छबेक सिंह नूं मत्था टेकिया। उसने कहा उस्ताद गुरुआ मैं तेरे बलिहार जाना हाँ तेरे करनी नामे नूं। मैं अगे कहिंदा मैं जिहड़ी पलटन भेजदा तू खिलां बना दिंदा मैं तेरी उस्तादी नूं मत्था टेकदा। कहिंदा 7 जून नूं सानूं पता लगा भी ये उहदा करना। जिहड़े मर्द हुंदे ने इस तरह एवें नहीं सी बंगलादेश दी जंग जवान ने जित ले जिन्हां दे पल्ले लेकिन हिंदुस्तान की सरकार कहिंदी सी ये पंजाबी पग्गां वाले दस्तारां वाले सरदार सारी नेकनामी खट्टी जांदे ऐ ते इन्हां नूं पिछे धक्कण वास्ते सरकार की नीयत सी झूठे इल्जाम लगा के उन्हां नूं अपनियां नौकरियां तो बरतरफ किया जाता सी। होर कोई गल नहीं कनेडा विच मैं क्या बई जे कुरबानी दित्ती है ना संत बाबा जरनैल सिंह जी ने ते घट बाबा हरनाम सिंह जी नहीं भी कीती। जदों असीं कीर्तन करके हटे ना एक बंदे ने मैनूं घेर लिया रस्ते विच कहिंदा गल सुणो तुसीं कहिंदे है बाबा जरनैल सिंह ने कुरबानी कीती है ते बाबा हरनाम सिंह जी खालसा ने उन्हां भी चंगी कुरबानी उन्हां किहड़ी कुरबानी कीती है। मैं कहा ठंडा हो ते तैनूं मैं दस दिंदा भी उन्हां किहड़ी कुरबानी कीती है। कहिंदा दसो की कुरबानी कीती बाबे हरनाम सिंह ने जिहड़ा हुण मौजूदा मुखी बणिया टकसाल दा। मैं कहा जवाना पंजाब की धरती उत्ते बादलों की सरकार होवे
ਤੇ ਸ਼੍ਰੋਮਣੀ ਕਮੇਟੀ ਦਾ ਕਬਜ਼ਾ ਹੋਵੇ, ਉਹਨਾਂ ਦਾ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਹੋਵੇ। ਕੋਈ ਦੁਨੀਆ ਦਾ ਬੰਦਾ ਗੁਰੂ ਰਾਮਦਾਸ ਦੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਕਾਲ ਤਖਤ ਦੇ ਲਾ ਕੇ ਦੋ ਇੱਟਾਂ ਲਾ ਕੇ ਵਿਖਾ ਦੇਵੇ, ਮੈਂ ਉਹਨੂੰ ਮੰਨ ਜਾਵਾਂਗਾ ਵੀ ਤੇਰੇ ਵਿੱਚ ਕੁਰਬਾਨੀ ਹੈ। ਉਹ ਜਵਾਨ ਨੇ 84 ਦੇ ਸ਼ਹੀਦਾਂ ਦੀ ਯਾਦ, ਬਾਬਾ ਜਰਨੈਲ ਸਿੰਘ ਜੀ, ਜਨਰਲ ਸ਼ਬੇਗ ਸਿੰਘ ਜੀ, ਭਾਈ ਅਮਰੀਕ ਸਿੰਘ ਜੀ, ਬਾਬਾ ਥਾਰਾ ਸਿੰਘ ਜੀ, ਸਾਰੇ ਸ਼ਹੀਦਾਂ ਦੀ ਯਾਦਗਾਰ ਸ਼ਹੀਦ ਗਾਂਝੂ ਸਾਹਿਬ ਦਿੱਤਾ ਹੈ। ਜੇ ਕੁਰਬਾਨੀ ਬਾਬਾ ਜਰਨੈਲ ਸਿੰਘ ਨੇ ਕੀਤੀ ਹੈ ਤੇ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਨੇ ਵੀ ਉਹਨਾਂ ਨਾਲੋਂ ਕੋਈ ਘੱਟ ਕੁਰਬਾਨੀ ਨਹੀਂ ਕੀਤੀ। ਅੱਜ ਦੇ ਜ਼ਮਾਨੇ ਵਿੱਚ ਸ਼ਹੀਦਾਂ ਦੀ ਯਾਦਗਾਰ ਬਣਾ ਦੇਣੀ, ਉਹ ਜਦੋਂ ਜ਼ਾਲਮ ਲੋਕਾਂ ਦੀ ਸਰਕਾਰ ਹੋਵੇ ਤੇ ਕਿਸੇ ਬੰਦੇ ਨੂੰ ਉੱਚੀ ਸਾਹ ਨਾ ਲੈਣ ਦੇਣ, ਪਰ ਉਹਨਾਂ ਦੇ ਸਾਹਮਣੇ ਉਹਨਾਂ ਸ਼ਹੀਦਾਂ ਦੀ ਯਾਦਗਾਰ ਉਸਾਰ ਦੇਣੀ, ਇਹ ਬਾਬਾ ਹਰਨਾਮ ਸਿੰਘ ਦੇ ਵਿਰਸੇ ਵਿੱਚ ਆਈ ਹੈ। ਫਿਰ ਕੀ ਸੀ, ਬਾਬਾ ਜਰਨੈਲ ਸਿੰਘ ਨੇ ਕਿਹਾ ਪੰਥੋਂ ਰੰਗੇ ਜ਼ਾਲਮ ਤੋਂ ਕਦੇ ਕਿਸੇ ਤਰ੍ਹਾਂ ਵੀ ਮੁੱਕਿਆ ਨਾ, ਖੂਨ ਨਾਲ ਪਲਿਆ ਬੂਟਾ ਅਹਿਮਦ ਸ਼ਾਹ ਤੋਂ ਸੁੱਕਿਆ ਨਾ, ਕਾਫਲਾ ਇਹ ਸਿਰ ਲੱਥਾਂ ਵਾਲਾ ਅੰਗਰੇਜ਼ਾਂ ਤੋਂ ਰੁਕਿਆ ਨਾ, ਮੁੱਕਦੀ ਗੱਲ ਕਿ ਅੱਜ ਤੀਕਰੇ ਕਿਸੇ ਦੇ ਅੱਗੇ ਝੁਕਿਆ ਨਾ। ਜੋ ਇਹਨੂੰ ਮਿਟਾਉਣਾ ਚਾਹੁੰਦੇ ਨੇ ਉਹਨਾਂ ਨੂੰ ਮੇਰਾ ਕਹਿਣਾ ਹੈ, ਉਹ ਇਹਨੂੰ ਮਿਟਣ ਵਾਲੇ ਮਿਟ ਗਏ ਨੇ ਤੇ ਇਹਨੇ ਚੜ੍ਹਦੀ ਕਲਾ 'ਚ ਰਹਿਣਾ। ਖਾਲਸਾ ਪੰਥ ਨੂੰ ਤੱਤੀ ਹਵਾ ਨਹੀਂ ਲੱਗੀ। ਜਦੋਂ 2200 ਬੰਦਾ ਭੁੱਜ ਗਿਆ ਖਿੱਲਾਂ ਬਣ ਕੇ, ਉਸਨੇ 2200 ਫੌਜੀਆਂ ਦੀ ਪਲਟਣ ਫੇਰ ਭੇਜੀ ਤੇ ਸੂਰਬੀਰ ਬਹਾਦਰਾਂ ਨੇ, ਬੱਬਰ ਅਕਾਲੀਆਂ ਤੇ ਟਕਸਾਲੀਆਂ ਨੇ, ਗੁਰੂ ਕੇ ਸਿੰਘਾਂ ਨੇ ਉਹਨਾਂ ਨੂੰ ਲੋਹੇ ਦੇ ਚਨੇ ਹੇ ਐਂ ਜਵਾਏ। ਹਾਕਮ ਨੇ ਜਦ ਗੈਰ ਕਮਾਏ ਸੀ, ਵਿੱਚ ਪੰਜਾਬ ਦੇ ਗੁਰਧਾਮਾਂ ਨੂੰ ਘੇਰੇ ਪਾਏ ਸੀ, ਵਿੱਚ ਪੰਜਾਬ ਦੇ ਗੁਰਧਾਮਾਂ ਨੂੰ ਘੇਰੇ ਪਾਏ ਸੀ। ਜਿੱਥੇ ਸੀ ਝੁਕਾਵਣ ਲੋਕੀ ਸਾਰੇ ਧਰਮਾਂ ਦੇ, ਜਿੱਥੇ ਸੀ ਝੁਕਾਵਣ ਲੋਕੀ ਸਾਰੇ ਧਰਮਾਂ ਦੇ, ਬੱਬਰ ਸ਼ੇਰਾ ਚਣੇ ਚਬਾਏ ਵਿੱਚ ਪਰਕਰਮਾਂ ਦੇ, ਬੱਬਰ ਸ਼ੇਰਾ ਚਣੇ ਚਬਾਏ ਵਿੱਚ ਪਰਕਰਮਾਂ ਦੇ। Thank you.
ਹੋਵੇ ਚੱਕਣਾ ਚੂਰ ਪੱਥਰ ਨਾਲ ਜਾਟ ਕਰਾਉਂਦਾ ਏ ਲੜੇ ਛਾਤੀਆਂ ਤਾਣ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਵਿੱਤਰ ਚਰਨ ਕਮਲਾਂ ਵਿੱਚ ਜ਼ਾਲਮ ਸਰਕਾਰ ਵੱਲੋਂ ਮੀਂਹ ਵਾਂਗਰਾ ਗੋਲੀਆਂ ਵਰਦੀਆਂ ਸੀ। ਬਹੁਤ ਬੜੀ ਖੁਸ਼ੀ ਹੋ ਰਹੀ ਹੈ। ਮੇਰੀ ਕੌਮ ਦਾ ਬਹੁਤ ਵਧੀਆ ਢਾਡੀ ਜਥਾ ਬੀਬੀ ਦਲੇਰ ਕੌਲ ਜੀ ਖਾਲਸਾ, ਜਿਨ੍ਹਾਂ ਨੂੰ ਬਾਬਾ ਜੀ ਨੇ ਵਿਸ਼ੇਸ਼ ਤੌਰ 'ਤੇ ਇੱਥੇ ਬੁਲਾਇਆ ਹੈ, ਉਹ ਆਪਣਾ ਜਥਾ ਲੈ ਕੇ ਪਹੁੰਚੇ ਨੇ। ਮੈਂ ਗੁਰੂ ਕੀ ਸਟੇਜ ਵੱਲੋਂ ਬੀਬੀ ਦਲੇਰ ਕੌਰ ਅਤੇ ਉਹਨਾਂ ਦੇ ਸਾਰੇ ਢਾਡੀ ਜਥੇ ਨੂੰ ਸਤਿਕਾਰ ਦਿੰਦਾ ਹੋਇਆ ਜੀਵਾਂ ਆਖਦਾ ਹਾਂ। ਬਹੁਤ ਕਿਰਪਾ ਹੋਈ ਹੈ, ਇਹ ਬੱਚੀਆਂ ਬੜੇ ਸਤਿਕਾਰ ਨਾਲ ਤੁਹਾਡੀ ਸੇਵਾ ਵਿੱਚ ਖਾਲਸਾ ਪੰਥ ਦਾ ਇਤਿਹਾਸ ਗੁਰੂਆਂ ਦੀ ਪਵਿੱਤਰ ਦਾਸਤਾਨ ਕਹਿਣਗੇ। ਮੈਂ ਇਹਨਾਂ ਨੂੰ ਜੀਵਾਂ ਆਖਦਾ ਹਾਂ। ਬੇਨਤੀ ਕਰ ਰਿਹਾ ਸੀ, ਮੀਂਹ ਵਾਂਗਰਾਂ ਗੋਲੀਆਂ ਵਰਦੀਆਂ ਸੀ, ਉੱਥੇ ਸੂਰਮੇ ਕਈ ਹਜ਼ਾਰ ਮਰ ਗਏ। ਸੁਬਹਾ 4:40 ਉੱਤੇ ਹੋਇਆ ਹਮਲਾ ਅਤੇ ਕਈ ਸੁਣਦੇ ਆਸਾ ਦੀ ਵਾਰ ਮਰ ਗਏ। ਮਰੀਆਂ ਬੀਬੀਆਂ, ਬੱਚੇ, ਬਜ਼ੁਰਗ, ਬਾਬੇ ਅਤੇ ਕਈ ਸੇਵਾ ਕਰਦੇ ਸੇਵਾਦਾਰ ਮਰ ਗਏ। ਅਕਾਲ ਤਖ਼ਤ ਦੇ ਪਿੱਛੇ ਜੋ ਰਹਿਣ ਵਾਲੇ ਅਤੇ ਕਈ ਸਾਰੇ ਦੇ ਸਾਰੇ ਪਰਿਵਾਰ ਮਰ ਗਏ। ਮੀਂਹ ਵਾਂਗਰਾਂ ਗੋਲੀਆਂ ਵਰਦੀਆਂ ਸੀ, ਉੱਥੇ ਸੂਰਮੇ ਕਈ ਹਜ਼ਾਰ ਮਰ ਗਏ। ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਉਹ ਫੌਜਾਂ ਇੱਕ ਪਾਸੇ ਬਹੁਤ ਭਾਰੀਆਂ ਨੇ, ਸਿੰਘਾਂ ਸੂਰਿਆਂ ਕਰ ਕਮਾਲ ਛੱਡੀ ਅਤੇ ਲਾਛਾਂ ਵਿੱਚ ਪਰਕਰਮਾ ਖਿਲਾਰ ਰਹੀਆਂ ਨੇ। ਜਿਹੜੇ ਕਹਿੰਦੇ ਸੀ ਮੋਰਚਾ ਫਤਿਹ ਕਰਨਾ, ਹੋਈਆਂ ਉਹਨਾਂ ਨੂੰ ਬਹੁਤ ਖੁਆਰੀਆਂ ਨੇ। ਉਹ ਅਣਖੀ ਮਰਦਾਂ ਨੂੰ ਮੰਨ ਗਈ, ਕੁੱਲ ਦੁਨੀਆਂ 'ਤੇ ਨੂਰ ਰੱਖ ਕੇ ਕਾਇਮ ਸਰਦਾਰੀਆਂ ਨੇ। ਹੱਸ 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 ਕੇ ਉਹੀ ਸ਼ਹੀਦ ਹੁੰਦੇ ਜੀ ਭਾਈ, ਜਿਸ ਨੂੰ ਪਤਾ ਰੱਬੀ ਭੰਡਾਰਿਆਂ ਦਾ ਤੱਤੀ ਤਵੀ ਤੇ ਚੌਂਕੜਾ ਮਾਰ ਲੈਂਦੇ ਰੁਤਬਾ ਸਦਾ ਸਿਤਾਰਿਆਂ ਦਾ ਜੀ ਭਾਈ। ਮੱਝ ਮੱਝ ਕੇ ਵਾਂਗ ਪਰਵਾਨਿਆਂ ਦੇ ਦੁੱਖ ਝੱਲਦੇ ਭਖੇ ਅੰਗਿਆਰਿਆਂ ਦਾ ਸੀਸ ਲੱਗਦਾ ਜਦੋਂ ਸਚਿਆਰਿਆਂ ਦਾ। ਸਤਿਕਾਰਯੋਗ ਖਾਲਸਾ ਜੀ, ਗਿਆਨੀ ਦਇਆ ਸਿੰਘ ਜੀ ਦਿਲਬਰ ਨੇ ਸੰਤ ਬਾਬਾ ਜਰਨੈਲ ਸਿੰਘ ਦੇ ਬਾਰੇ ਵਿੱਚ ਇੱਕ ਸ਼ਬਦ ਲਿਖਿਆ। ਉਹ ਕਹਿੰਦਾ ਹੈ, ਲੰਡਨ ਵਿੱਚ ਅਡਵੈਰ ਨੂੰ ਮਾਰ ਕੇ ਤੇ ਸੂਰਮਤਾਈ ਦਾ ਊਧਮ ਸਿੰਘ ਅੰਤ ਕਰ ਗਿਆ। ਲਛਮਣ ਸਿੰਘ ਨੇ ਲਹੂ ਦੇ ਨਾਲ ਧੋਤੇ ਜਿਹੜੇ ਜ਼ੁਲਮ, ਨਰੈਣੂ ਮਹੰਤ ਕਰ ਗਿਆ। ਕੌਮ ਲਈ ਕੁਰਬਾਨੀ ਕੋਈ ਕਰੂ ਬਿਰਲਾ, ਜਰਨੈਲ ਸਿੰਘ ਜੋ ਭਿੰਡਰਾਂ ਦਾ ਸੰਤ ਕਰ ਗਿਆ। ਰਹਿੰਦੀ ਦੁਨੀਆਂ ਤੱਕ ਰਹੇਗਾ ਯਾਦ ਦਿਲਬਰ, ਜਿਹੜਾ ਕ੍ਰਿਸ਼ਮਾ ਬੇਅੰਤ ਸਤਵੰਤ ਕਰ ਗਿਆ। ਉਹਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਦਮਦਮੀ ਟਕਸਾਲ ਦੇ ਚੌਥਵੇਂ ਜਥੇਦਾਰ ਸਿੰਘ ਸਾਹਿਬ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ, ਬਾਬਾ ਥਾਰਾ ਸਿੰਘ ਜੀ, ਭਾਈ ਅਮਰੀਕ ਸਿੰਘ
सिंह जी, जनरल छबेक सिंह जी, ते जिन्हें भी साथी सिंह शहीद होए ने उन्हां दी पवित्र कमाई का ध्यान करके सारे कह दिओ सतनाम श्री वाहिगुरु जी। इन्हां शब्दां राहीं गुरु की संगत का बहुत बहुत धन्यवाद है। ਤੁਸੀਂ ਬੜੇ ਪਿਆਰ ਤੇ ਸਤਿਕਾਰ ਨਾਲ ਲੰਬੇ ਸਮੇਂ ਤੋਂ ਗੁਰੂ ਦੇ ਚਰਨਾਂ 'ਚ ਬੈਠ ਕੇ ਪੰਥ ਦੇ ਮਹਾਨ ਕੀਰਤਨੀਆਂ ਪਾਸੋਂ ਕੀਰਤਨ ਕਥਾ ਵਾਚਕਾਂ ਪਾਸੋਂ ਵਿਆਖਿਆ ਸਰਵਣ ਕੀਤੀ ਹੈ। ਹੁਣ ਢਾਡੀ ਦਰਬਾਰ ਸ਼ੁਰੂ ਹੋਇਆ। ਤੁਸੀਂ ਬੜੀ ਇਮਾਨਦਾਰੀ ਨਾਲ ਗੁਰੂ ਮਹਾਰਾਜ ਦੇ ਬਚਨ ਵਿਚਾਰ ਗੁਰਮਤ ਵਿਚਾਰਾਂ 'ਤੇ ਢਾਡੀ ਜਵਾਰਾਂ ਸਰਵਣ ਕਰ ਰਹੇ ਹੋ। ਮੈਂ ਤੁਹਾਡਾ ਗੁਰੂ ਕੀ ਸਟੇਜ ਵੱਲੋਂ, ਬਾਬਾ ਲੱਖਾ ਸਿੰਘ ਜੀ, ਬਾਬਾ ਤਰਸੇਮ ਸਿੰਘ ਜੀ ਵੱਲੋਂ, ਦਮਦਮੀ ਟਕਸਾਲ ਵੱਲੋਂ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟਵਾਰ ਸ਼ੁਕਰਾਨਾ ਹੈ ਜਿਨ੍ਹਾਂ ਦੀ ਅਰਦਲ ਵਿੱਚ ਬੈਠ ਕੇ ਕੋਈ ਸ਼ਬਦ ਕਹੇ। ਗੁਰੂ ਮਹਾਰਾਜ ਦਾ ਜਸ ਤੇ ਗੁਰੂ ਦੇ ਪਿਆਰਿਆਂ ਦੀ ਵਡਿਆਈ ਕਰਦਿਆਂ ਸਾਡੇ ਕੋਲੋਂ ਬਹੁਤ ਭੁੱਲਾਂ ਹੋਈਆਂ ਹੋਣਗੀਆਂ। ਨਾਚੀਜ਼ ਅਤੇ ਅਣਜਾਣ ਬੱਚੇ ਜਾਣ ਕੇ ਆਪਣੀ ਦਇਆ ਕਰਨੀ, ਸਾਡੀਆਂ ਭੁੱਲਾਂ ਨਾ ਉਤਾਰਨੀਆਂ। ਮੈਂ ਬੇਨਤੀ ਕਰਾਂਗਾ ਬਾਬਾ ਤਰਸੇਮ ਸਿੰਘ ਜੀ, ਇਹ ਜਿਹੜੇ ਬੱਚੇ ਨੂੰ ਤੁਸੀਂ ਸਾਊਂਡ ਵਾਲੇ ਨੂੰ ਬੁਲਾਇਆ ਨਾ, ਇਹਦਾ ਪੱਲਾ ਨਾ ਛੱਡਿਓ। ਇਹਨੂੰ ਬਹੁਤ ਵਧੀਆ ਕੁਆਲਿਟੀ ਦੇਣੀ ਆਉਂਦੀ ਹੈ। ਕੋਈ ਸ਼ੋਰ ਸ਼ਰਾਬਾ ਨਹੀਂ, ਕੋਈ ਰੌਲਾ ਰੱਪਾ ਨਹੀਂ, ਕੋਈ ਇਹ ਨਹੀਂ ਓਬਜੈਕਸ਼ਨ ਲਾ ਸਕਦਾ ਵੀ ਸਾਊਂਡ ਦਾ ਤਾਂ ਪਤਾ ਹੀ ਨਹੀਂ ਲੱਗਦਾ ਕੀ ਬੋਲਦਾ ਹੈ। ਇਸ ਵਾਸਤੇ ਇਹਨਾਂ ਨੂੰ ਹਰੇਕ ਮੌਕੇ, ਜਿਹੜੇ ਬੰਦੇ ਨੂੰ ਕੰਮ ਕਰਨਾ ਆਉਂਦਾ ਹੋਵੇ ਉਹਨੂੰ ਵਾਰ ਵਾਰ ਸਮਾਂ ਦੇ ਕੇ ਕਿਰਤਾਰਥ ਕਰਨਾ ਚਾਹੀਦਾ। ਇਹਨਾਂ ਨੂੰ ਮੈਂ ਵੀਰ ਗਗਨਦੀਪ ਸਿੰਘ ਜੀ ਤੁਹਾਡਾ ਧੰਨਵਾਦ ਕਰਦਾ ਹਾਂ। ਤੁਸੀਂ ਵਾਰ ਵਾਰ ਸਾਨੂੰ ਇਸ ਸਟੇਜ ਉੱਤੇ ਬੁਲਾਉਂਦੇ ਹੋ ਸੱਦਾ ਪੱਤਰ ਦੇ ਕੇ, ਅਤੇ ਅਸੀਂ ਤੁਹਾਡੀ ਆਗਿਆਕਾਰੀ ਵਿੱਚ ਰਹਿ ਕੇ ਗੁਰੂ ਦਾ ਜਸ ਕਰਦੇ ਹਾਂ। ਪਿਆਰ ਵਿੱਚ ਆਓ, ਆਗਿਆ ਬਖਸ਼ੋ, ਕੀਰਤਨ ਦੇ ਸਤਿਕਾਰ ਵਿੱਚ ਪੰਜ ਪੰਜ ਸੌ, ਦੋ ਦੋ ਸੌ, ਸੌ ਸੌ ਰੁਪਇਆ ਬੇਅੰਤ ਮਾਇਆ ਤੁਸੀਂ ਭੇਟਾ ਕੀਤੀ ਹੈ। ਵਾਹਿਗੁਰੂ ਕਰੇ ਤੁਹਾਡੇ ਵੱਲੋਂ ਭੇਟਾ ਕੀਤੀ ਹੋਈ ਮਾਇਆ ਮੇਰੇ ਦਾਤੇ ਦੇ ਦਰ ਪ੍ਰਵਾਨ ਹੋਵੇ, ਸਭ ਨੂੰ ਚੜ੍ਹਦੀ ਕਲਾ ਦਾ ਬਲ ਬਖਸ਼ੇ। ਅੰਮ੍ਰਿਤ ਵੇਲੇ ਜਾਗੋ, ਬਾਣੀ ਪੜ੍ਹੋ, ਸ਼ਾਮ ਨੂੰ ਰਹਿ ਰਾਸ ਕਰਨੀ ਨਾ ਭੁੱਲੋ, ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰੋ, ਗੁਰੂ ਦੀਆਂ ਰਹਿਮਤਾਂ ਪ੍ਰਾਪਤ ਕਰੋ। ਇਹਨਾਂ ਸ਼ਬਦਾਂ ਰਾਹੀਂ ਬੀਬੀ ਦਲੇਰ ਕੌਰ ਖਾਲਸਾ ਜੀ ਦੇ ਢਾਡੀ ਜਥੇ ਨੂੰ ਜੀਓ ਆਇਆਂ ਕਹਿ ਕੇ ਅਸੀਂ ਤੁਹਾਡੇ ਕੋਲੋਂ ਆਗਿਆ ਮੰਗਦੇ ਹਾਂ। ਮੈਂ ਚੈਨਲ ਬਾਰੇ ਜਿਨ੍ਹਾਂ ਨੇ ਲਾਈਵ ਪ੍ਰੋਗਰਾਮ ਦੁਨੀਆ ਭਰ ਵਿੱਚ ਵਿਖਾਇਆ ਹੈ ਉਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹੋਇਆ ਤੁਹਾਡੇ ਤੋਂ ਆਗਿਆ ਮੰਗਦਾ ਹਾਂ। ਆਓ ਖੁਸ਼ੀਆਂ ਬਖਸ਼ੋ ਤੇ ਗੱਜ ਵੱਜ ਕੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਵੀ ਬੁਲਾਰਾ ਆਪਣੀ ਸਪੀਚ ਸ਼ੁਰੂ ਕਰਦਾ ਹੈ ਨਾ, ਡੰਡੌਤ ਬੰਦਨ ਕਰਦਾ ਹੈ, ਜਾਂ ਰਾਗੀ ਸਿੰਘ, ਜਾਂ ਢਾਡੀ ਸਿੰਘ, ਜਾਂ ਕਵੀਸਰ ਸਿੰਘ, ਉਦੋਂ ਹੀ ਪਤਾ ਲੱਗ ਜਾਂਦਾ ਹੈ ਵੀ ਇਹ ਕਿੰਨੀ ਕੁ ਸੁਰ ਦੇ ਵਿੱਚ ਹਨ, ਇਹ ਕਿੰਨਾ ਕੁ ਗੱਜ ਵੱਜ ਕੇ ਕੀਰਤਨ ਕਰਨਗੇ ਜਾਂ ਢਾਡੀ ਵਾਰਾਂ ਗਾਉਣਗੇ। ਇਹ ਖਾਸੀਅਤ ਤੋਂ ਪਤਾ ਲੱਗ ਜਾਂਦਾ ਹੈ। ਜਿਸ ਤਰ੍ਹਾਂ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਆਰੰਭ ਦੇ ਵਿੱਚ ਹੀ ਐਸਾ ਆਨੰਦ ਬੰਨਿਆ, ਪਤਾ ਹੀ ਨਹੀਂ ਲੱਗਾ ਟਾਈਮ ਕਿਹੜੇ ਵੇਲੇ ਘੜੀ ਅੱਗੇ ਤੁਰ ਗਈ ਹੈ। ਜੀ ਕਰਦਾ ਸੀ ਅਜੇ ਹੋਰ ਟਾਈਮ ਦੇਣ ਨੂੰ, ਹੋਰ ਸਰਵਣ ਕਰਨ ਵਾਸਤੇ ਇਤਿਹਾਸ ਨੂੰ। ਸੰਤ ਬਾਬਾ ਜਰਨੈਲ ਸਿੰਘ ਜੀ ਦਾ ਇਤਿਹਾਸ ਸੁਣਾ ਰਹੇ ਸਨ ਭਾਈ ਸਾਹਿਬ ਭਾਈ ਸੁਬੇਗ ਸਿੰਘ, ਜਰਨਲ ਸੁਬੇਗ ਸਿੰਘ ਜੀ, ਭਾਈ ਅਮਰੀਕ ਸਿੰਘ ਜੀ, ਤਿੰਨਾਂ ਦੇ ਇਤਿਹਾਸ ਨੂੰ ਆਪ ਸਰਵਣ ਕਰਵਾ ਰਹੇ ਸਨ। ਬਹੁਤ ਬਹੁਤ ਧੰਨਵਾਦ ਨਿਰਮਲ ਸਿੰਘ ਜੀ, ਨੂਰ ਜੀ ਹੁਣਾਂ ਦੇ ਸਾਰੇ ਢਾਡੀ ਜਥੇ ਨੂੰ ਜੀਓ ਆਇਆ। ਇਹ ਆਪਣਾ ਢਾਡੀ ਜਥਾ ਹੈ, ਇਹ ਦਮਦਮੀ ਟਕਸਾਲ ਦੇ ਵਿਦਿਆਰਥੀ ਹਨ ਜਿਨ੍ਹਾਂ ਨੇ ਸੰਤ ਬਾਬਾ ਕਰਤਾਰ ਸਿੰਘ ਜੀ ਕੋਲੋਂ ਬੜੇ ਪਿਆਰ ਦੇ ਨਾਲ ਵਿੱਦਿਆ ਪ੍ਰਾਪਤ ਕੀਤੀ ਹੈ। ਆਓ ਅਗਲਾ ਜੋ ਪ੍ਰੋਗਰਾਮ ਹੈ ਦਲੇਰ ਕੌਰ ਖਾਲਸਾ ਦਾ ਢਾਡੀ ਜਥਾ ਜੋ ਹੈ ਉਹ ਆਰੰਭ ਕੀਰਤਨ ਆਰੰਭ ਕਰਨ ਲੱਗਾ ਹੈ ਢਾਡੀ ਵਾਰਾਂ। ਉਹਨਾਂ ਤੋਂ ਪਹਿਲਾਂ ਪੰਜ ਕੁ ਮਿੰਟ ਵਾਸਤੇ ਭਾਈ ਚਰਨਜੀਤ ਸਿੰਘ ਜੀ, ਸੰਤ ਬਾਬਾ ਚਰਨਜੀਤ ਸਿੰਘ ਜੱਸੋਵਾਲ, ਉਹ ਸੰਗਤਾਂ ਦਾ ਧੰਨਵਾਦ ਕਰਨਗੇ। ਕੇਵਲ ਪੰਜ ਕੁ ਮਿੰਟ ਵਾਸਤੇ ਆਪ ਜੀ ਦਾ ਸਮਾਂ ਲੈਣਾ ਹੈ। ਉਪਰੰਤ ਦਲੇਰ ਕੌਰ ਖਾਲਸਾ ਜੀ ਦਾ ਢਾਡੀ ਜਥਾ ਵਾਰਾਂ ਸਰਾਣ ਕੇ ਨਿਹਾਲ ਕਰੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ।